ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਸਿੱਖ ਚਲਦਾ ਕਾਫਲਾ ਪਹੁੰਚਾ ਹੈ ਇਸ ਵਕਤ ਲੰਡਨ ਤੇ ਇੱਥੇ ਮਹਾਨ ਸ਼ਖਸੀਤਾਂ ਵੀ ਪਹੁੰਚੀਆਂ ਹਨ ਸਾਡੇ ਨਾਲ ਉਹਨਾਂ ਹੀ ਸ਼ਖਸੀਤਾਂ ਵਿੱਚੋਂ ਸੁਖੀ ਬਾਈ ਵਾਲੇ ਜਿਹੜੇ ਕਿ ਬਹੁਤ ਹੀ ਗੁਰੂ ਦੀ ਕਿਰਪਾ ਹੈ ಅಪਾਰ ਕਿਰਪਾ ਹੈ ਇਹਨਾਂ ਤੇ ਗੁਰੂ ਪਿਆਰਿਓ ਹਰ ਕੋਈ ਆਪਣੇ ਕਾਰਜ ਕਰਦਾ ਹੈ ਇਹਨਾਂ ਦੇ ਘਰ ਵੀ ਅਸੀਂ ਕੇ ਇੰਟਰਵਿਊ ਕੀਤੀਆਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 24 ਆਵਰ ਸਿਮਰਨ ਉਥੇ ਚੱਲਦਾ ਰਹਿੰਦਾ ਹੈ ਸੋ ਸੁਖੀ ਜੀ ਵਾਹਿਗੁਰੂ ਜੀ ਦਾ ਖਾਲਸਾ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਦਾ ਜੋ ਇੱਥੇ ਪ੍ਰੋਗਰਾਮ ਆ ਉਹਦੇ ਬਾਰੇ ਥੋੜਾ ਜਿਆਦਾ ਦੱਸੋ ਕਿ ਕਿਸ ਤਰ੍ਹਾਂ ਅੱਜ ਇੱਥੇ ਹੋਣੀ ਹੋਈ ਹਾਂਜੀ ਅਸੀਂ ਅੱਜ ਵਿਰਦੀ ਫਾਊਂਡੇਸ਼ਨ ਦੇ ਨਾਲ ਆਏ ਹਾਂ ਜਿਹੜਾ ਪੀਟਰ ਵਿਰਦੀ ਸਾਹਿਬ ਜਿਹੜੇ ਸਾਡੇ ਵੱਡੇ ਭਾਜੀ ਤੇ ਪ੍ਰੋਫੈਸਰ ਪੀਟਰ ਵਿਰਦੀ ਤੇ ਅੱਜ ਚਰਨਜੀਤ ਸਿੰਘ ਚੰਨੀ ਜਿਹੜੇ ਆਪਣਾ ਇੰਡੀਆ ਦੇ ਟੂਰਿਜ਼ਮ ਮਨਿਸਟਰ ਹੈਗੇ ਨੇ ਉਹਨਾਂ ਦੇ ਸਵਾਗਤ ਕਰ ਰਹੇ ਹਾਂ ਸੋ ਇਟਸ ਅ ਪ੍ਰਾਈਵੇਟ ਕਨੈਕਸ਼ਨ ਹੈਗਾ ਪ੍ਰਾਈਵੇਟ ਜਿਹੜੀ ਲੋਕੇਸ਼ਨ ਹੈ ਆ ਇੱਥੇ ਆਪਣਾ ਲੰਡਨ ਦੇ ਵਿੱਚ ਅੱਜ ਤੇ ਇੱਥੇ ਬਹੁਤ ਬਹੁਤ ਵੱਡੇ ਵੱਡੇ ਸ਼ਖਸੀਅਤ ਹਨ ਜਿਹੜੇ ਅੱਜ ਸਾਰੇ ਆਏ ਨੇ ਸਾਰੇ ਸੋ ਇਹ ਇਹ ਮਕਸਦ ਹੈ ਅੱਜ ਉਹਨਾਂ ਨੂੰ ਸੋ ਵੈਲਕਮ ਕਰਨ ਲਈ ਯੂਕੇ ਦੇ ਵਿੱਚ ਤੇ ਤੁਹਾਂ ਗੱਲ ਕੀਤੀ ਹੈ ਇਹਨਾਂ ਨੇ ਬੜਾ ਯੋਗਦਾਨ ਆ ਬੜੀ ਖੁਸ਼ੀ ਨਾਲ ਸਾਰਿਆਂ ਨੇ ਮਨਾਏ ਗੁਰੂ ਨਾਨਕ ਦੇ 550ਵੇਂ ਪੁਰਬ ਦੇ ਤੇ ਬੜੀ ਵੱਡਾ ਯੋਗਦਾਨ ਪਾਇਆ ਮਾਇਆ ਪੱਖੋਂ ਵੀ ਪਾਕਿਸਤਾਨ ਦੇ ਵਿੱਚ ਕੀ ਕਹਿਣਾ ਚਾਹੀਦਾ ਇਹ ਜਿਹੜਾ ਮੂਵਮੈਂਟ ਚੱਲ ਰਿਹਾ ਹੈ ਨਾ ਜਿਹੜਾ ਪਾਕਿਸਤਾਨ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਅਮ 10ਵੀਂ ਉਸ ਦੇ ਵਿੱਚ ਮੈਂ ਸ਼ਾਮਿਲ ਹਾਂ ਉਸ ਵੀ ਉਸ ਬੋਰਡ ਮੈਂਬਰ ਦੇ ਵਿੱਚ ਸ਼ਾਮਿਲ ਹੈਗੇ ਆ ਤੇ ਉਹ ਹੈਗਾ ਗੁਰੂ ਨਾਨਕ ਗਲੋਬਲ ਸਿੱਖ ਸੇਵਾ ٹرسٹ ਸੋ GNGST.com ਸਾਡਾ ਜਿਹੜਾ ਮਕਸਦ ਹੈ ਕਿ ਪੀਟਰ ਪਾਜੀ ਦੇ ਨਾਲ ਤੇ ਸਾਰੇ ਅਸੀਂ 7 8 ਜਣੇ ਹੈਗੇ ਅਸੀਂ ਉਸ ਬੋਰਡ ਦੇ ਉੱਪਰ ਕਿ ਅਸੀਂ ਗੁਰਦੁਆਰਾ ਸਾਹਿਬ ਨੂੰ ਮੇਨਟੇਨ ਕਰਨਾ ਉਹਨਾਂ ਨੂੰ ਐਡਜਸਟ ਕਰਨਾ ਲੇਕਿਨ ਥੋੜਾ ਜਿਹਾ ਅਸਿਸਟੈਂਸ ਕਰਨੀ ਲੇਕਿਨ ਇਹਦਾ ਮਤਲਬ ਨਹੀਂ ਕਿ ਸਾਰੇ ਨਾਲ ਸਾਡਾ ਪਹਿਲਾ ਪ੍ਰੋਗਰਾਮ ਚੱਲ ਰਿਹਾ ਹੈ ਨਿਸ਼ਕਾਮ ਸੇਵਾ ਦੇ ਨਾਲ ਓਲ ਰੈਡੀ ਉਹ ਤੋਂ ਸ਼ੁਰੂ ਕਰਨ ਲੱਗੇ ਨਾ ਕੰਮ ਸਭੋਤ ਮਹਾਰਾਜ ਦੇ ਬਹੁਤ ਕਿਰਪਾ ਦੇ ਨਾਲ ਹੋ ਰਿਹਾ ਕੰਮ ਤੇ ਜਿਹੜੇ ਪੀਟਰ ਪਾਜੀ ਨੇ ਜਿਹੜਾ ਕੰਮ ਸ਼ੁਰੂ ਕੀਤਾ ਬਹੁਤ ਅੱਛੀ ਚੀਜ਼ ਕੀਤੀ ਜੀ ਸੁਖੀ ਜੀ ਆਪਣੇ ਨਾਲ ਗੁਰਚਰਨ ਸਿੰਘ ਜੀ ਜਿਹੜੇ ਆ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਦੇ ਚੇਅਰਮੈਨ ਵੜਾ-ਵੜਾ ਪ੍ਰਵਲ ਕਰਨ ਰਟਾਂ ਟੂ ਤੋਂ 22 ਰੋਡ ਜਿਹੜਾ ਵਾ ਇਹ ਪਾਕਿਸਤਾਨ ਨਨਕਾਣਾ ਸਾਹਿਬ ਪਹੁੰਚਣਗੇ ਇਹ ਕੀ ਕਹਿਣਾ ਚਾਹੋਗੇ ਨੰਬਰ ਇਹ ਤੇ ਇਜਰਾ ਹੱਥ ਕਰ ਰਹੇ ਨੇ ਜਨ ਖਾਲੇ ਉਸ ਕਰਕੇ ਨਹੀਂ ਹੈ ਜਨ ਕਿ ਇਹ ਟ੍ਰੈਵਲ ਕਰ ਰਹੇ ਨੇ ਬਹੁਤ ਵੱਡੀ ਵੱਡੀ ਗੱਲ ਹੈ ਲੇਕਿਨ ਇਸ ਤੋਂ ਵੱਧ ਕੇ ਜੋ ਹੈ ਕੰਮ ਸੇਵਾ ਆਲਰੇਡੀ ਕਰ ਰਹੇ ਨੇ ਜਨ ਕਿ ਜਿਹੜੇ ਕਲੀਨਿਕ ਲਾਉਂਦੇ ਨੇ ਜਿਹੜੇ ਕਿ ਲੋਕਾਂ ਦੇ ਅੱਖਾਂ ਦੇ ਰਿਪੇਅਰ ਕਰਦੇ ਨੇ ਸਿਆਲਕੋਟ ਦੀ ਮਹੌਨੇ ਪਤਾ ਕਰ ਰਹੇ ਆ ਸਾਡੇ ਵੀ ਜਿਹੜੇ ਪਿਤਾ ਜੀ ਦੇ ਪੈਦਾਸ਼ੀ ਦਸਕੇ ਦੇ ਨੇ ਤੇ ਸਾਡਾ ਜਿਹੜਾ ਰੈਸਟ ਵਾਲ ਉਥੇ ਲਾਹੌਰ ਸੀ ਜੋ ਪਾਰਟੀਸ਼ਨ ਤੋਂ ਪਹਿਲਾਂ ਤੁਹਾਨੂੰ ਪਤਾ ਹਰਨਦੀਪ ਸਿੰਘ ਵਾਹੀ ਵਾਲਾ ਤੇ ਇਹ ਜਿਹੜੇ ਅੰਕਲ ਜੀ ਹਨ ਇਹਨਾਂ ਨੇ ਜਿਹੜਾ ਕੰਮ ਸ਼ੁਭ ਜਿਹੜਾ ਕੰਮ ਸ਼ੁਰੂ ਕਰ ਰਹੇ ਨੇ 18 ਸਾਲ ਹੋ ਗਏ ਨੇ ਇਹਨਾਂ ਨੂੰ ਸੇਵਾ ਰੂਪ ਤੇ ਵਿੱਚ ਉਥੇ ਪਾਕਿਸਤਾਨ ਚ ਜਾਂਦੇ ਨੇ ਉਹਨਾਂ ਨਾਲ ਦੇ ਹੈਲਪ ਕਰਨ ਇਸ ਤੋਂ ਵੱਡ ਦੀ ਸੁਭਾ ਕੱਲ ਪਤਾ ਨਹੀਂ ਹੋਈ ਕਿ ਸਕਦੀ ਹੈ ਸੇਵਾ 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 ਸੋ ਥੈਂਕ ਯੂ ਤੁਹਾਡਾ ਜੀ ਵਾਗਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਸਾਡੇ ਨਾਲ ਸਰਦਾਰ ਗੁਰਚਰਨ ਸਿੰਘ ਜੀ ਵੀ ਜਿਹੜੇ ਕਿ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਦੇ ਜਿਹੜੇ ਆ ਸੁਸਾਇਟੀ ਦੇ ਚੇਅਰਮੈਨ ਉਹ ਵੀ ਜੁੜੇ ਆ ਅੱਜ ਤੁਸੀਂ ਲੰਡਨ ਦੇ ਵਿੱਚ ਆਏ ਜੀ ਵੇਖਿਆ ਇੱਥੇ ਕਿ ਕਿੰਨਾ ਸੰਗਤਾਂ ਤੁਹਾਡਾ ਮਾਨ ਸਨਮਾਨ ਕਰ ਰਹੀਆਂ ਕਿਸ ਤਰ੍ਹਾਂ ਲੱਗਾ ਮੈਨੂੰ ਬਹੁਤ ਅੱਛਾ ਲੱਗਾ ਜੀ ਸਿੱਖ ਚੈਨਲ ਦਾ ਧੰਨਵਾਦ ਦਿਆਂ ਜਿਨ੍ਹਾਂ ਨੇ ਕਿ ਐਡਾ ਡੀ ਵੱਡੀ-ਵੱਡੀਆਂ ਹਸਤਾਂ ਹਸਤੀਆਂ ਨੂੰ ਮਿਲਾਇਆ ਮੈਨੂੰ ਅੱਜ ਕਿ ਜਿਨ੍ਹਾਂ ਨੇ ਸਿੰਘਾਂ ਨੇ ਇੱਥੇ ਆ ਕੇ ਵੱਡ-ਵੱਡੀਆਂ ਮੱਲਾ ਮਾਰੀਆਂ ਹੋਈਆਂ ਲੰਡਨ ਦੇ ਵਿੱਚ ਬੜਾ ਮੌਕਾ ਮਿਲਿਆ ਕਿ ਉਹਨਾਂ ਦੇ ਨਾਲ ਹੱਥ ਮਿਲਾਉਣ ਦਾ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਦਿਆਂ ਮਨ ਬੜਾ ਗਦਗਦ ਹੋਇਆ ਹਾਂਜੀ ਥੈਂਕ ਯੂ ਵੈਰੀ ਮਚ ਸਾਬ ਅਗਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰਦੇਸ਼ ਕੋ ਆਪਣੇ ਨਾਲ ਬਹੁਤ ਹੀ ਪਿਆਰੀ ਸ਼ਖਸੀਅਤ ਪੀਟਰ ਵਰਦੀ ਜੀ ਜਿਹੜੇ ਹਨ ਉਹ ਖੜੇ ਹਨ ਔਰ ਬੜੀਆਂ ਇਸ ਸਵਾਵਾਂ ਨਿਭਾ ਰਹੇ ਹਨ ਗੁਰੂ ਪਿਆਰਿਓ ਇਹ ਦੀ ਸੇਵਾ ਹੁੰਦੀ ਆ ਗੁਰਬਾਣੀ ਦਾ ਫਰਮਾਨ ਹੈ ਕਿ ਗੁਰ ਕੀ ਸੇਵਾ ਸੋ ਕਰੇ ਜਿਸ ਸਾਪ ਕਰਾਵੇ ਤੇ ਇਹ ਮਾਣ ਵਡਿਆਈਆਂ ਵੀ ਜਿਹੜੀਆਂ ਵਾ ਇਹ ਸਹਿਬਾਤ ਵਡਿਆਈਆਂ ਜਿਸ ਭਾਵੇਂ ਤਿਸ ਦੇ ਗੁਰੂ ਪਿਆਰਿਓ ਉਹਦੀ ਕਿਰਪਾ ਦੇ ਨਾਲ ਸਿੱਖ ਕੋਮਨ ਨੂੰ ਇਹਨਾਂ ਤੇ ਮਾਣ ਹੈ ਇੱਕ ਛੋਟੀ ਜੀ ਉਮਰ ਦੇ ਵਿੱਚ ਦਸਾਂ ਨੂੰਾਂ ਦੀ ਕਿਰਤ ਕਮਾਈ ਕਰਕੇ ਗੁਰੂ ਪਿਆਰਿਓ ਇਸ ਮਕਾਮ ਤਾਈਂ ਪਹੁੰਚਣਾ ਇਹ ਗੁਰੂ ਨਾਨਕ ਦੀ ਕਿਰਪਾ ਹੈ ਇਸ ਮਕਾਮ ਤਾਈਂ ਪਹੁੰਚ ਕੇ ਤੇ ਗੁਰੂ ਨੂੰ ਯਾਦ ਰੱਖਣਾ ਕਿਉਂਕਿ ਗੁਰਬਾਣੀ ਕਹਿੰਦੀ ਹੈ ਦੁੱਖ दारू ਸੁਖ ਰੋਗ ਪਿਆ ਕਿਉਂਕਿ ਸੁਖ ਦੇ ਵਿੱਚ ਜਿਹੜਾ ਵਾ ਕੋਈ ਵਿਰਲਾ ਹੀ ਆ ਜਿਹੜਾ ਪਰਮੇਸ਼ਰ ਨੂੰ ਯਾਦ ਕਰਦਾ ਨਹੀਂ ਤੇ ਭੁੱਲ ਜਾਂਦੇ ਆ ਪਰ ਇਹਨਾਂ ਤੇ ਪੀਟਰ ਸਾਹਿਬਾ ਉਹਨਾਂ ਦੇ ਬੜੀ ਕਿਰਪਾ ਵਾ ਕਿ ਐਡੇ ਵੱਡੇ ਮਕਾਮ ਤੇ ਪਹੁੰਚਦਿਆਂ ਵੀ ਗੁਰੂ ਨਾਨਕ ਦਾ ਜਿਹੜਾ ਵਾ ਉਹਨਾਂ ਨੂੰ ਯਾਦ ਰੱਖਦੇ ਆ ਉਹਨਾਂ ਦਾ ਅਸ਼ੀਰਵਾਦ ਆ ਤੇ ਆਓ ਪਹਿਲਾਂ ਉਹਨਾਂ ਨਾਲ ਰੂਪ ਰੂਹ ਨੇ ਜੀ ਆ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਕਰੋ ਪਿਆਰੇਓ ਬੜੀ ਖੁਸ਼ੀ ਹੋਈ ਆ ਤੁਹਾਨੂੰ ਮਿਲ ਕੇ ਜਿੱਥੇ ਸਾਨੂੰ ਖੁਸ਼ੀ ਹੋਥੇ ਲੱਖਾਂ ਦਰਸ਼ਕਾਂ ਨੂੰ ਸਿੱਖ ਜਲਦੀ ਅੱਖ ਦੇ ਨਾਲ ਵਰਲਡ ਦੇ ਵਿੱਚ ਵੇਖ ਰਹੇ ਆ ਉਹਨਾਂ ਨੂੰ ਵੀ ਤੁਹਾਡੇ ਤੇ ਮਾਣ ਆ ਤੇ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਪ੍ਰੋਗਰਾਮ ਆ 550ਵਾਂ ਪ੍ਰਕਾਸ਼ ਆ ਜਿਹੜਾ ਦਿਹਾੜਾ ਉਹਦੀਆਂ ਵੀ ਤੁਹਾਨੂੰ ਵਧਾਈਆਂ ਤੇ ਉਥੇ ਵੀ ਤੁਸੀਂ ਬੜਾ ਯੋਗਦਾਨ ਪਾ ਰਹੇ ਜੇ ਕਿਸ ਤਰ੍ਹਾਂ ਲੱਗ ਰਿਹਾ ਕਿਉਂਕਿ ਇਹ ਸਾਰੀਆਂ ਸਰਕਾਰਾਂ ਪਾਕਿਸਤਾਨ ਸਰਕਾਰ ਵੀ ਆਪਣੇ ਭਾਰਤ ਸਰਕਾਰ ਵੀ ਉਹਦੇ ਵਿੱਚ ਰਾਤ ਦਿਨ ਇੱਕ ਕਰਕੇ ਮੀਂਹ ਲਈ ਲੱਗੀ ਹੈ ਤੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਦੇਖੋ ਜੀ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਜਿਹੜੀ ਮੇਨ ਖੁਸ਼ੀ ਵਾਲੀ ਗੱਲ ਹੈ ਕਿ ਸਿੱਖਾਂ ਨੂੰ ਓਪਰਚੁਨਿਟੀ ਮਿਲੀ ਹੈ ਆਪਣੇ ਗੁਰਦੁਆਰੇ ਦੇਖਣ ਦੀ ਤੇ ਦੋਨੀਆਂ ਸਰਕਾਰਾਂ ਨੇ ਹਿੰਦੁਸਤਾਨ ਔਰ ਪਾਕਿਸਤਾਨ ਨੇ ਇਕੱਠਿਆਂ ਹੋ ਕੇ ਜੋ ਇਹ ਅਪਰਾਲਾ ਚੱਕਿਆ ਇਹਦਾ ਤਾਂ ਸਿੱਖ ਕੌਮ ਤਾਂ ਕਦੀ ਇਹਦਾ ਦੇਣਾ ਦੇ ਨਹੀਂ ਸਕਦੇ ਤੇ ਮੈਂ ਤਾਂ ਜਦੋਂ ਖੁਸ਼ੀ ਤਾਂ ਬਹੁਤ ਛੋਟੀ ਗੱਲ ਹੈ ਇਹਦੇ ਵਿੱਚ ਕੋਈ ਲਫ਼ਜ਼ੀ ਨਹੀਂ ਇਹਨਾਂ ਨੂੰ ਐਕਸਪਲੇਨ ਕਰਨ ਨੂੰ ਇਸ ਚੀਜ਼ ਨੂੰ ਤੇ ਅੱਜ ਦਾ ਜੋ ਜੋ ਡਿਨਰ ਹੈ ਉਹ ਸਰਦਾਰ ਚੰਨਜੀਤ ਸਿੰਘ ਚੰਨੀ ਆਨਰੇਬਲ ਮਨਿਸਟਰ ਟੂਰਿਜ਼ਮ ਜੇਨਾ ਨੂੰ ਪੰਜਾਬ ਸਰਕਾਰ ਨੇ ਇਹ ਡਿਪਾਰਟਮੈਂਟ ਦਿੱਤੀ ਹੈ ਜਾਂ ਇਹ ਪੋਰਟਫੋਲੀਓ ਦਿੱਤਾ ਇਹਨੂੰ ਮੈਨੇਜ ਕਰਨ ਨੂੰ ਆਹ दैट ਇਸ ਸਾਰੀ ਪ੍ਰੋਜੈਕਟ ਨੂੰ ਪੰਜਾਬ ਸਾਈਡ ਤੋਂ ਆਪਣੇ ਪੰਜਾਬ ਸਾਈਡ ਤੋਂ ਦੇਖਣ ਨੂੰ ਤੇ ਉਹਨਾਂ ਦੇ ਓਨਰ ਦੇ ਵਿੱਚ ਟਰਾਂਜ਼ਿਟ ਹੋ ਰਿਹਾ ਸੀ ਅਸੀਂ ਇਹਨਾਂ ਦੀ ਰਿਕਵੈਸਟ ਕੀਤੀ ਦਾ ਪਲੀਜ਼ ਤੁਸੀਂ ਸੰਗਤ ਨੂੰ ਮਿਲ ਕੇ ਜਾਣਾ ਤੇ ਥੋੜਾ ਜਿਆਦਾ ਟਾਈਮ ਕੱਢਣਾ ਤੇ ਉਹਨਾਂ ਨੂੰ ਜੋ ਪ੍ਰੋਗਰੈਸ ਹੋ ਰਹੀ ਆ ਆਪਣੇ ਸ਼ਬਦਾਂ ਦੇ ਨਾਲ ਆਪ ਦੱਸਣਾ ਤੇ ਇਸ ਕਰਕੇ ਸੋ ਜਿਸ ਤਰ੍ਹਾਂ ਪੀਟਰ ਸਾਹਿਬ ਜੀ ਹੁਣਾਂ ਦੱਸਿਆ ਪਿਆਰੇ ਦਰਸ਼ਕੋ ਦੁਨੀਆ ਦੀ ਕੋਈ ਵੀ ਚੀਜ਼ ਦੁਨਿਆਵੀ ਤੁਸੀਂ ਮੁੱਲ ਲੈ ਸਾਦੇ ਜੇ ਖੁਸ਼ੀਆਂ ਗੁਰੂ ਨਾਨਕ ਦੀ ਕਿਰਪਾ ਤੋਂ ਬਿਨਾ ਕੋਈ ਮਿਲੀਅਨ ਮਨਿਹਰ ਜਿਹੜਾ ਖੁਸ਼ੀਆਂ ਨਹੀਂ ਲੈ ਸਕਦਾ ਸੋ ਇਹ ਗੁਰੂ ਨਾਨਕ ਨੇ ਖੁਸ਼ੀਆਂ ਖੇੜੇ ਬਖਸ਼ਿਆ ਇਹਨਾਂ ਦੇ ਉੱਤੇ ਤੇ ਸੰਗਤਾਂ ਨੂੰ ਇਹ ਵੀ ਬੜਾ ਮਾਣ ਆ ਕਿ ਸਾਡਾ ਇੱਕ ਛੋਟਾ ਜਿਹਾ ਛੋਟੀ ਉਮਰ ਦਾ ਵੀਰ ਮਿਲੀਅਨ ਬਿਲੀਅਨ ਜਿਹੜੇ ਆ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇ ਹਾੜੇ ਦੀ ਖੁਸ਼ੀ ਦੇ ਵਿੱਚ ਉਥੇ ਸੇਵਾਵਾਂ ਨਿਭਾਰਿਆ ਉਹਦੇ ਬਾਰੇ ਥੋੜਾ ਜਿਹਾ ਡਿਟੇਲ ਚ ਦੱਸੋ ਕਿੰਨੀ ਕੀ ਸੇਵਾ ਤੁਸੀਂ ਜਿਹੜੇ ਉਥੇ ਕਾਦੇ ਕਾਦ ਲਈ ਕਰ ਰਹੇ ਜੀ ਦੇਖੋ ਜੀ ਸੇਵਾ ਤਾਂ ਇੱਕ ਟਰਸਟ ਸੈੱਟ ਹੋ ਗਈ ਹੈ ਗੁਰੂ ਨਾਨਕ ਗਲੋਬਲ ਸੇਵਾ ٹرسٹ ਉਹ ਇੰਡੀਪੈਂਡੈਂਟ ٹرسٹ ਹੈ ਉਹਦੇ ਵਿੱਚ ਪੈਸੇ ਪਾਏ ਜਾਣਗੇ ਜਿਹੜੀ ਸੰਗਤ ਨੇ ਪੈਸੇ ਆਪਣੀ ਸੇਵਾ ਵਿੱਚ ਪਾਉਣੀਆਂ ਉਹਦੇ ਵਿੱਚ ਪਾਏ ਜਾਣਗੇ ਉਹਨਾਂ ਦੀ ਮਰਜ਼ੀ ਆ ਕਿਸੇ ਨੂੰ ਕੰਪੈਲ ਨਹੀਂ ਤੇ ਉਤੋਂ ਫਿਰ ਅੱਗੇ ਗੁਰਦੁਆਰਿਆਂ ਦੀ ਸੇਵਾ ਲਈ ਜਾਊਗੀ ਤੇ ਬਾਕੀ ਸਿਰਫ ਪਾਕਿਸਤਾਨ ਦੇ ਵਿੱਚ ਨਹੀਂ ਇੰਡੀਆ ਦੇ ਵਿੱਚ ਵੀ ਕਈ ਪ੍ਰੋਜੈਕਟਸ ਦੀ ਡਿਸਕਸ਼ਨ ਚੱਲਦੀ ਆ ਮੰਤਰੀ ਸਾਹਿਬ ਨਾਲ ਅੱਜ ਵੀ ਕਾਫੀ ਗੱਲ ਹੋਈ ਸੀਗੀ ਉਹਦੇ ਉੱਤੇ ਚਰਚਾ ਹੋਊਗੀ ਹੁਣ ਵਾਪਸ ਜਦੋਂ ਅਸੀਂ ਇੰਡੀਆ ਜਾਵਾਂਗੇ ਤੇ ਇਹੇ ਪ੍ਰੋਜੈਕਟ ਸ਼ੁਰੂ ਹੋ ਜਾਣੇ ਆ ਸਾਡੀ ਖੁਆਸ਼ੀ ਹੈ ਕਿ ਪਹਿਲੋਂ ਆਹ ਨਵੰਬਰ ਤੋਂ ਪਹਿਲੋਂ ਸ਼ੁਰੂ ਕਰਤੀ ਹੈ ਪਰ ਉਹ ਟਾਈਮ ਦੀ ਘਾਟ ਹੋਣ ਨਾਲੋਂ ਪਰਮਿਸ਼ਨਾਂ ਉਹ ਸਾਰੀਆਂ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਪਰ ਇੱਕ ਦੋ ਪ੍ਰੋਜੈਕਟਾਂ ਜਿਹੜੀਆਂ ਵੱਡੀਆਂ ਵਾਂ ਉਹ ਅਨਾਉਂਸ ਹੋ ਜਾਣੀਆਂ ਨਵੰਬਰ ਤੋਂ ਪਹਿਲੋਂ ਤੇ ਪੀਟਰ ਸਾਹਿਬ ਜੀ ਜਿਹੜਾ ਫੇਸਬੁੱਕ ਦੇ ਉੱਤੇ ਸੀਗਾ ਤੁਹਾਡੀ ਸੇਵਾ ਗੁਰੂ ਦੇ ਖਜ਼ਾਨੇ ਜੋ ਤੁਸੀਂ ਲਾ ਰਹੇ ਜੇ ਕਿਉਂਕਿ ਪੈਰੇਦਰਸ਼ਕੋ ਜਦੋਂ ਆਪਾਂ ਚਾਹ ਕੈਨੇਡਾ ਅਮਰੀਕਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹਿੰਦੇ ਆ ਆਪਾਂ ਜਦੋਂ ਤੁਰੇ ਸਾਂ 100 200 ਡਾਲਰ ਸੀ ਆਪਣੇ ਕੋ ਗੁਰੂ ਨੇ ਕਿਰਪਾ ਕੀਤੀ ਕਿੰਨੇਕ ਜਿਹੜੇ ਆ ਆਪਣੇ ਪਾਉਂਡਾਂ ਦੀ ਸੇਵਾ ਵਾ ਜੋ ਆਪਾਂ ਫੇਸਬੁੱਕ ਤੇ ਵੇਨੇ ਹਾਂ ਇਹ ਤੁਹਾਡੀ ਜ਼ੁਬਾਨੀ ਸੁਣਨਾ ਚਾਹੁੰਦੇ ਆ ਜੀ ਦੇਖੋ ਜੋ ਟੋਟਲ ਪਲੇਜ ਕੀਤਾ ਉਹ ਹੈਗਾ 500 ਮਿਲੀਅਨ ਦਾ ਪਲੇਜ ਆ ਤੇ ਉਤੋਂ ਵੱਧ ਜਵੇ ਤੇ ਉਹ ਮਾਲਕ ਆਪ ਜਾਣਦਾ ਮੈਨੂੰ ਲੱਗਦਾ ਨਹੀਂ ਉਤੋਂ ਘਟੇਗਾ ਉਸ ਜੋ ਰਕਮ ਆ ਬਹੁਤ ਜਿਆਦੀ ਰਕਮ ਆ ਪਾਕਿਸਤਾਨ ਦੇ ਲਈ ਸੋ ਉਹਦੇ ਵਿੱਚੋਂ ਸਿਰਫ ਪਾਕਿਸਤਾਨ ਦੇ ਲਈ ਨਹੀਂ ਗੁਰਦੁਆਰਿਆਂ ਦੀ ਜੋ ਅਸੀਂ ਗਲੋਬਲ ਗੁਰੂ ਨਾਨਕ ਗਲੋਬਲ ਸੇਵਾ ٹرسٹ ਦਾ ਸੈੱਟ ਕੀਤਾ ਵਾ ਉਹਦੇ ਵਿੱਚ ਪਾਈ ਜਾਊਗੀ ਉਹਦੇ ਵਿੱਚ ਕੀਤੀ ਜਾਊਗੀ ਤੇ ਉੱਥੋਂ ਫਿਰ ਦੇਖੇ ਜਾਣਗੇ ਕੀ ਕੀ ਕੰਮ ਕਰਨੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਚਰਨਜੀਤ ਸਿੰਘ ਚੰਨੀ ਬਿਰਦੀ ਸਾਹਿਬ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਕਿ ਜਿਹੜੇ ਕਿ ਪੂਰੇ ਵਰਲਡ ਵਿੱਚ ਆਪਣੀ ਆਰਗੇਨਾਈਜੇਸ਼ਨ ਦੇ ਅੱਗੇ ਹੋ ਕੇ ਸਿੱਖ ਸੰਗਤਾਂ ਦੀ ਸੇਵਾ ਦੇ ਵਿੱਚ ਜੁਟੇ ਹੋਏ ਆ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਿਹੜਾ 550ਵਾਂ ਜਨਮ ਦਿਨ ਆ ਰਿਹਾ ਹੈ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੀ ਇਹ ਬਹੁਤ ਵੱਡਾ ਯੋਗਦਾਨ ਪਾਉਣ ਜਾ ਰਹੇ ਆ ਸਾਡੀ ਅੱਜ ਡਿਸਕਸ਼ਨ ਹੋਈ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਮੇਰੀ ਡਿਊਟੀ ਲਗਾਈ ਸੀ ਕਿ ਮੈਂ ਇੱਥੇ ਆ ਕੇ ਇਹਨਾਂ ਨੂੰ ਤੇ ਇੱਥੋਂ ਦੀਆਂ ਸੰਗਤਾਂ ਨੂੰ ਮਿਲਾਂ ਅ ਜਿਨ੍ਹਾਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਬਹੁਤ ਹੀ ਅੱਛੇ ਜਿਹੜੇ ਇੱਥੋਂ ਦੇ ਲੋਕ ਐ ਉਹਨਾਂ ਨੂੰ ਇਕੱਠਾ ਕੀਤਾ ਤੇ ਅਸੀਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪੰਜਾਬ ਸਰਕਾਰ ਗੁਰੂ ਨਾਨਕ ਸਾਹਿਬ ਦਾ 550ਵਾਂ ਸਾਲ ਮਨਾ ਰਹੀ ਹੈ ਉਹਦੇ ਵਿੱਚ 5 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ ਦੀਵਾਨ ਵੀ ਸਜਣੇ ਐ ਤੇ ਪ੍ਰਧਾਨ ਮੰਤਰੀ ਜੀ ਤੇ ਹੋਰ ਬਹੁਤ ਸਾਰੇ ਜਿਹੜੇ ਲੋਕ ਐ ਉੱਥੇ ਆਉਣਗੇ ਤੇ ਇਸ ਤੋਂ ਇਲਾਵਾ ਅਸੀਂ 550 ਉਹਨਾਂ ਸਖਸ਼ੀਤਾ ਜਿਹੜੀਆਂ ਕਿ ਗੁਰਨਾਨਕ ਨਾਮ ਲੈਵਾ ਹੈਗੀਆਂ ਸਿੱਖ ਸਿੱਖਾਂ ਵਿੱਚੋਂ ਵੀ ਹੋਣਗੇ ਤੇ ਜਿਹੜੇ ਵੀ ਗੁਰਨਾਨਕ ਨੂੰ ਮੰਨਦੇ ਆ ਜਿਨ੍ਹਾਂ ਨੇ ਆਪਣੇ ਆਪਣੇ ਫੀਲਡ ਦੇ ਵਿੱਚ ਅੱਗੇ ਵਧੇ ਐ ਉਹਨਾਂ ਨੂੰ ਅਸੀਂ 550 ਲੋਕਾਂ ਨੂੰ ਸਨਮਾਨਿਤ ਕਰਨ ਜਾ ਰਹੇ ਆ ਉਹਦੇ ਵਿੱਚ ਬਿਰਦੀ ਸਾਹਿਬ ਨੂੰ ਵੀ ਅਸੀਂ ਅੱਜ ਨਿਉਂਦਾ ਦੇ ਰਹੇ ਆ ਇਸ ਵਾਸਤੇ ਤੇ ਇਸੇ ਤਰ੍ਹਾਂ ਐਸੀ ਬਿਰਦੀ ਸਾਹਿਬ ਨਾਲ ਅੱਜ ਗੱਲ ਹੋਈ ਹੈ ਕਿ ਅਸੀਂ 550 ਕੁੜੀਆਂ ਤੇ ਮੁੰਡਿਆਂ ਦੀ ਸ਼ਾਦੀ ਕਰਨ ਜਾ ਰਹੇ ਹਾਂ ਉਹ ਉਹ ਪਰਿਵਾਰ ਜਿਹੜੇ ਕਿ ਨੀੜੀਆਂ ਉਹਨਾਂ ਦੀਆਂ 550 ਕੁੜੀਆਂ ਦੀ ਜਿਹੜੀ ਸ਼ਾਦੀ ਹੈ ਉਹ ਪੰਜਾਬ ਦੇ ਵਿੱਚ ਹੋਏਗੀ ਤੇ ਉਹਦੇ ਵਾਸਤੇ ਬਿਰਦੀ ਫਾਊਂਡੇਸ਼ਨ ਸਾਡੇ ਨਾਲ ਮਿਲ ਕੇ ਕਰ ਰਹੀ ਹੈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉਹਨਾਂ ਥਾਵਾਂ ਦੀ ਡਿਵੈਲਪਮੈਂਟ ਮਾਨਯੋਗ ਮੁੱਖ ਮੰਤਰੀ ਜੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਾਈ ਜਾ ਰਹੀ ਹੈ ਜਿੱਥੇ ਜਿੱਥੇ ਗੁਰਨਾਨਕ ਸਾਹਿਬ ਚੱਲ ਕੇ ਗਏ ਐ ਜਿੱਥੇ ਜਿੱਥੇ ਉਹਨਾਂ ਦੀਆਂ ਉਦਾਸੀਆਂ ਹੋਈਆਂ ਇਸ ਤੋਂ ਇਲਾਵਾ ਗੁਰਨਾانک ਦੀ ਫਿਲਾਸਫੀ ਨੂੰ ਅੱਗੇ ਲੈ ਕੇ ਜਾ ਰਹੇ ਐ ਉਹਨਾਂ ਦੇ ਇੱਕ ਐਸੀ ਨਨਕਾਣਾ ਸਾਹਿਬ ਤੋਂ ਇੱਕ ਨਗਰ ਕੀਰਤਨ ਦੇ ਵਿੱਚ ਗੁਰੂ ਸਾਹਿਬ ਦੀ ਵੀਰ ਨੂੰ ਲੈ ਕੇ ਆਵਾਂਗੇ ਤੇ ਉਸ ਤੋਂ ਬਾਅਦ ਉਹ ਆਪਣੇ ਸੁਲਤਾਨਪੁਰ ਲੋਧੀ ਦੇ ਵਿੱਚ ਪ੍ਰੋਗਰਾਮ ਹੋਣਗੇ ਫਿਰ ਬਟਾਲੇ ਦੇ ਵਿੱਚ ਜਿੱਥੇ ਉਹਨਾਂ ਦਾ ਵਿਆਹ ਹੋਇਆ ਇਸੇ ਤਰ੍ਹਾਂ ਜਿੱਥੇ ਜਿੱਥੇ ਗੁਰਨਾانک ਸਾਹਿਬ ਗਏ ਐ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਨਨਕਾਣਾ ਸਾਹਿਬ ਤੋਂ ਜਾਵਾਂਗੇ ਤੇ ਆਖਿਰ ਦੇ ਵਿੱਚ ਕਰਤਾਰਪੁਰ ਦੇ ਵਿੱਚ ਇਹ ਪ੍ਰੋਗਰਾਮ ਸਮਾਪਤ ਹੋਣਿਆ ਇੱਕ ਸਾਲ ਇਹ ਪੂਰੇ ਪ੍ਰੋਗਰਾਮ ਚੱਲਣਿਆ ਜਿਹੜੇ ਕਿ ਜਿਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਦੇ ਨਾਲ ਨਾਲ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਨੂੰ ਬਹੁਤ ਵੱਡੇ ਪੱਧਰ ਤੇ ਸਜਾਇਆ ਜਾ ਰਿਹਾ ਹੈ ਬਹੁਤ ਵੱਡਾ 1000 ਏਕੜ ਦੇ ਵਿੱਚ ਟੈਂਟ ਸਿਟੀ ਬਣਾਇਆ ਜਾ ਰਿਹਾ ਹੈ ਤੇ ਵੱਡੇ ਪੰਡਾਲ ਲੱਗ ਕੇ ਉੱਥੇ ਨਗਰ ਕੀਰਤਨ ਤੇ ਪੰਡਾਲ ਦੇ ਵਿੱਚ ਵੀ ਕੀਰਤਨ ਹੋਣਗੇ ਸੋ ਮੈਂ ਸਾਰਿਆਂ ਨੂੰ ਅੱਜ ਇਸ ਮੌਕੇ ਤੇ ਇਹ ਨਿਉਂਦਾ ਦੇਣਾ ਚਾਹੁੰਦਾ ਹੈ ਕਿ ਤੁਸੀਂ ਗੁਰਨਾਨਕ ਦੇ ਘਰ ਨੂੰ ਆਓ ਤੇ ਗੁਰਨਾਨਕ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਤੇ ਆਪਣਾ ਇਹਦੇ ਵਿੱਚ ਸ਼ਾਮਲ ਹੋ ਕੇ ਸਿੱਖ ਸੰਗਤਾਂ ਦੀ ਜਿਹੜੀ ਤੁਸੀਂ ਚਰਨ ਧੂੜ ਪ੍ਰਾਪਤ ਕਰੋ ਤੇ ਮੈਂ ਸਾਰੇ ਸਿੱਖ ਜਗਤ ਦੀਆਂ ਕਿਉਂਕਿ ਇਹ ਬਹੁਤ ਵੱਡੇ ਪੱਧਰ ਤੇ ਚੈਨਲ ਸਿੱਖ ਜਗਤ ਦੇ ਵਿੱਚ ਫੈਲਿਆ ਹੋਇਆ ਹੈ ਤੇ ਮੈਂ ਬੜੀ ਪ੍ਰਭਾਵਿਤ ਹੋਇਆ ਜਿਹੜੇ ਕਿਸदार ਜੀ ਹੁਣ ਬੋਲ ਰਹੇ ਸੀ ਬਹੁਤ ਅੱਛਾ ਇਹ ਬੋਲਦੇ ਆ ਤੇ ਜਿਹੜਾ ਚੈਨਲ ਐ ਬਹੁਤ ਵੱਡੀ ਪੂਰੇ ਵਰਲਡ ਦੇ ਵਿੱਚ ਸਿੱਖ ਕੌਮ ਦੀ ਸੇਵਾ ਕਰ ਰਿਹਾ ਹੈ ਮੈਂ ਇਹਨਾਂ ਦਾ ਧੰਨਵਾਦੀ ਹਾਂ ਤੇ ਮੈਂ ਇਸ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ਤੇ ਸਾਰੀਆਂ ਸਿੱਖ ਸੰਸਥਾਵਾਂ ਐਸਜੀਪੀਸੀ ਤੇ ਹੋਰ ਸਾਰਿਆਂ ਨੂੰ ਨਾਲ ਲੈ ਕੇ ਇਹ ਪ੍ਰੋਗਰਾਮ ਰਚਾਏ ਜਾਣੇ ਆ ਤੁਸੀਂ ਸਾਰੇ ਇਹਦੇ ਵਿੱਚ ਸ਼ਾਮਲ ਹੋ ਮੈਂ ਬਿਰਦੀ ਸਾਹਿਬ ਦਾ ਅੱਜ ਇਸ ਮੌਕੇ ਤੇ ਧੰਨਵਾਦ ਕਰਾਂਗਾ ਕਿ ਜਿਸ ਤਰੀਕੇ ਦੇ ਨਾਲ ਉਹ ਆਪਣੇ ਕਾਰੋਬਾਰ ਦੇ ਨਾਲ ਨਾਲ ਸੇਵਾ ਦੇ ਵਿੱਚ ਲੱਗੇ ਹੋਏ ਆ ਨੀਡੀ ਬੱਚੇ ਜਿਹੜੇ ਜਿਹੜੇ ਕਿ ਨੈਗਲੈਕਟ ਕੀਤੇ ਗਏ ਆ ਸੁਸਾਇਟੀ ਦੇ ਵਿੱਚ ਜਾਂ ਪੂਰ ਸੈਕਸ਼ਨ ਆਫ ਦ ਸੁਸਾਇਟੀ ਦੇ ਵਿੱਚੋਂ ਬੱਚੇ ਆ ਉਹਨਾਂ ਦੇ ਲਈ ਇਹਨਾਂ ਨੇ ਸਕੂਲ ਖੋਲੇ ਹੋਏ ਆ ਹੋਰ ਬਹੁਤ ਸਾਰੀਆਂ ਸੇਵਾਵਾਂ ਗੁਰੂ ਗੁਰਦੁਆਰਾ ਸਾਹਿਬਾਂ ਦੀਆਂ ਤੇ ਹੋਰ ਕਰਦੇ ਆ ਇਹਦੇ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸੋ ਪਿਆਰੇ ਦਰਸ਼ਕੋ ਇਹ ਸਨ ਪੰਜਾਬ ਸਰਕਾਰ ਦੇ ਟੂਰੀਅਮ ਮਿਨਿਸਟਰ ਚਰਨਜੀਤ ਸਿੰਘ ਜੀ ਚੰਨੀ ਤੇ ਬੜੀ ਖੁਸ਼ੀ ਹੁੰਦੀ ਹੈ ਦੋਹਾਂ ਨੌਜਵਾਨਾਂ ਨੂੰ ਵੇਖ ਕੇ ਛੋਟੀ ਛੋਟੀ ਉਮਰ ਦੇ ਵਿੱਚ ਵਾਹਿਗੁਰੂ ਇਹਨਾਂ ਕੋਲ ਸਵਾਵਾਂ ਲੈ ਰਿਹਾ ਵਾ ਬੜੇ ਵਧੀਆ ਵਿਚਾਰ ਦਿੰਦੇ ਆ ਨੌਜਵਾਨ ਨੇ ਤੇ ਪੀਟਰ ਸਾਹਿਬ ਜੀ ਬਹੁਤ ਸਾਰੇ ਵਰਲਡ ਦੀਆਂ ਨਿਗਾਸ ਵਾਲੇ ਕਰਤਾਰਪੁਰੋਂ ਲੰਘਿਆ ਤੈਨ ਨਕਾਣਾ ਸਾਹਿਬ ਗੁਰੂ ਨਾਨਕ ਦਾ 505ਵਾਂ ਪ੍ਰਕਾਸ਼ ਦੇ ਅੱਡੇ ਜਿੱਦਾਂ ਦੇ ਖੁਸ਼ੀ ਚ ਪੈਰ ਨਹੀਂ ਥੱਲੇ ਲੱਗ ਰਹਿ ਹਾਂਜੀ ਬਿਲਕੁਲ ਤੇ ਗੁਰੂ ਨਾਨਕ ਦਾ ਜੋ ਸੰਦੇਸ਼ ਸੀਗਾ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਛਕਣਾ ਇੱਕ ਮੈਂ ਗੱਲ ਦੱਸਦਾ ਪਿਆਰੇ ਦਰਸ਼ਕੋ ਜਿਸ ਕੋ ਕਿਰਤ ਨਹੀਂ ਹੈਗੀ ਉਹ ਕੀਰਤਨ ਨਹੀਂ ਸੁਣ ਸਕਦਾ ਕਿਉਂਕਿ ਉਹਨੂੰ ਆਪਣੀ ਰੋਟੀ ਪਾਣੀ ਦਾ ਬੱਚਿਆਂ ਦਾ ਫਿਕਰ ਹੋਣਾ ਜਿਹਦੇ ਕੋਈ ਕਿਰਤਿਆ ਕੀਰਤਨ ਉਹ ਹੀ ਸੁਣ ਸਕਦਾ ਸੋ ਪਰਮੇਸ਼ਰ ਨੇ ਇਹਨਾਂ ਨੂੰ ਕਿਰਤ ਦਿੱਤੀ ਆ ਤੇ ਇਸੇ ਮਾਰਗ ਤੇ ਸਿੱਖ ਚੈਨਲ ਚੱਲਣ ਡਿਆ ਗੁਰੂ ਨਾਨਕ ਦਾ ਸੰਦੇਸ਼ਾ ਪੂਰੇ ਵਰਲਡ ਦੇ ਵਿੱਚ ਜਿਹੜਾ ਉਹ ਫਲਾਉਂਡਿਆ ਤੇ ਬੱਲ ਸਾਹਿਬ ਨੇ ਦਿਵਿੰਦਰ ਸਿੰਘ ਬੱਲ ਨੇ ਜਿਹੜੇ ਕਿ ਇੱਥੇ ਦੇ ਜੰਪਾ ਲਿਆ ਮਿਨਿਸਟਰ ਸਾਹਿਬ ਇੱਥੇ ਪੈਦਾ ਹੋ ਕੇ ਸਿੱਖ ਚੈਨਲ ਕੰਮ ਨੂੰ ਦੇ ਦਿੱਤਾ ਪੰਜਾਬੀ ਵੀ ਨਹੀਂ ਜਾਣਦੇ ਹੁਣ ਉਹ ਪੰਜਾਬੀ ਜਾਣਣ ਲੱਗੇ ਆ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦੀ ਖੁਸ਼ੀ ਵਿੱਚ ਕੈਨੇਡਾ ਦੇ ਟ੍ਰਾਂਟੋ ਵੈਨਕੂਰ ਅਮਰੀਕਾ ਆਸਟ੍ਰੇਲੀਆ ਪੂਰੇ ਯੂਰਪ ਦੇ ਵਿੱਚ ਜਾਲ ਵਿਛਾ ਦਿੱਤਾ ਵਾ ਸਿੱਖ ਚੈਨਲ ਦਾ ਕਿ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਆਪਾਂ ਰਲ ਮਿਲ ਕੇ ਮਨਾਉਣਾ ਤੇ ਕੀ ਕਹਿਣਾ ਚਾਹੋਗੇ ਜਿਹੜਾ ਸਿੱਖ ਚੈਨਲ ਸਿੱਖ ਕੌਮਲੀ ਕੰਮ ਕਰ ਰਿਹਾ ਦੇਖੋ ਜੀ ਪਹਿਲੋ ਤਾਂ ਸਿੱਖ ਚੈਨਲ ਨੂੰ ਬਹੁਤ ਬਹੁਤ ਵਧਾਈਆਂ ਇਹਨਾਂ ਦੇ 10 ਸਾਲ ਹੋ ਗਏ ਸਿੱਖ ਚੈਨਲ ਨੂੰ ਚੱਲਦਿਆਂ ਨੂੰ ਪਹਿਲਾ ਚੈਨਲ ਹੈ ਵਰਲਡ ਦੇ ਵਿੱਚ ਜਿਹੜਾ ਸਿੱਖੀ ਨੂੰ ਪ੍ਰਮੋਟ ਕਰਦਾ ਪਹਿਲਾ ਸ਼ੁਰੂ ਹੋਇਆ 10 ਸਾਲ ਹੋ ਗਏ ਆ ਤੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਜਿਹੜੇ ਜਿੰਨੇ ਵੀ ਸਬਸਕ੍ਰਾਈਬਰ ਨੇ ਜਿੰਨੇ ਲੋਕ ਸੁਣਦੇ ਆਪਾਂ ਇਸ ਚੈਨਲ ਦੀ ਸਪੋਰਟ ਕਰੀਏ ਕਰਕੇ ਦੇਖੋ ਜੀ ਇਹ ਮੀਡੀਅਮ ਨਾ ਹੋਵੇ ਆਪਣੇ ਕੋਲ ਤੇ ਆਪਣੇ ਕੋਲ ਇਹ ਗੱਲਾਂ ਜੋ ਆਪਣੀ ਨਿਊਜ਼ ਆ ਜੋ ਆਪਣੀ ਸਿੱਖੀ ਆ ਜੋ ਵੀ ਆ ਆਪਣੇ ਕੋਲ ਉਹ ਨਹੀਂ ਡਿਸਟ੍ਰੀਬਿਊਟ ਹੋਣੀ ਸੋ ਇਹੀ ਬੇਨਤੀ ਆ ਤਾਂ ਜਿੰਨਾ ਆਪਾਂ ਸਪੋਰਟ ਕਰ ਸਕਦੇ ਆ ਆਪਾਂ ਕਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ ਇੱਕ ਬਹੁਤ ਹੀ ਸਤਿਕਾਰਯੋਗ ਪਿਆਰੀ ਸ਼ਖਸੀਤ ਜਿਨ੍ਹਾਂ ਦੇ ਕੇ ਕੋਈ ਨਾਮ ਦਾ ਜਾਣ ਪਛਾਣ ਦੀ ਮਤਾਜ ਨਹੀਂ ਮੇਰੇ ਕਹਿਣ ਦਾ ਭਾਵ ਖਾਲਸਾ ਏਡ ਰਵੀ ਸਿੰਘ ਜੀ ਜਿਹੜਾ ਨੇ ਕੇ ਬਹੁਤ ਸੇਵਾਵਾਂ ਨਿਭਾਈਆਂ ਹਨ ਆਲ ਆਫ ਦੀ ਵਰਲਡ ਤੇ ਉਹਨਾਂ ਦਾ ਆਪਾਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਰਵੀ ਸਿੰਘ ਜੀ ਤੁਹਾਨੂੰ ਕਵਰ ਕੀਤਾ ਹਿਓਸਟਰੀਆ ਦੇ ਵਿੱਚ ਵੀ ਡੇਢ ਦੋ ਮਹੀਨੇ ਹੋਏ ਉੱਥੇ ਵੀ ਆਪਾਂ ਇਕੱਠੇ ਹੋਏ ਤੁਹਾਡੇ ਮੂੰਹ ਤੋਂ ਆਪਾਂ ਲਫ਼ਜ਼ ਸੁਣੇ ਬੜਾ ਮਨ ਖੁਸ਼ ਹੋਇਆ ਕਿ ਜਗ੍ਹਾ ਜਗ੍ਹਾ ਜਾ ਕੇ ਗੁਰੂ ਨਾਨਕ ਦਾ ਉਪਦੇਸ਼ ਮਾਨਸਕੀ ਜਾਤ ਸਭੇ ਇੱਕ ਦੀ ਪਛਾਣ ਉਹ ਸੇਵਾ ਕਰ ਰਹੇ ਜੀ ਤੇ ਕੀ ਕਹਿਣਾ ਚਾਹੋਗੇ ਸਾਡਾ ਤਾਂ ਦੁਨੀਆਂ ਦਾ ਇਹੀ ਮੈਸੇਜ ਹੁੰਦਾ ਸਾਰੀ ਦੁਨੀਆਂ ਸੇਵਾ ਚੱਲਦੀ ਆ ਪੰਜਾਬ ਵੀ ਚੱਲ ਰਹੀ ਸੇਵਾ ਤੇ ਪੀਟਰ ਹਣੀ ਬਹੁਤ ਵਧੀਆ ਕੰਮ ਕਰ ਰਿਹਾ ਇੱਥੇ ਵੀ ਸੇਵਾਵਾ ਕਰ ਰਹੇ ਆ ਪਿੱਛੇ ਬਹੁਤ ਸੇਵਾ ਤੇ ਹੁਣ ਪੰਜਾਬ ਦੇ ਮੰਤਰੀ ਸਭ ਵੀ ਆਏ ਆ ਤੇ ਅਸੀਂ ਸਾਰੀਆਂ ਸਰਕਾਰਾਂ ਦੁਨੀਆ ਵਿੱਚ ਦੇਖੀਆਂ ਜੀ ਜੀ ਤੇ ਸਾਡਾ ਇਹ ਸਨੇਹਾ ਸਾਰਿਆਂ ਨੂੰ ਭਈ ਭਾਈ ਸਾਹਿਬ ਪੰਜਾਬ ਤੋਂ ਆਇਆ ਸਾਡਾ ਸਰਕਾਰ ਆ ਭਈ ਸਾਡੇ ਸਿੰਘ ਸਾਹਿਬ ਮੋਰੇ ਹੋਇਓ ਅਸੀਂ ਤੁਹਾਨੂੰ ਪਿਆਰ ਨਾਲ ਮਿਲੇ ਸਾਨੂੰ ਬੜੀ ਖੁਸ਼ੀ ਆ ਤੁਸੀਂ ਆਏ ਐਦਾਂ ਮੰਤਰੀ ਸਾਰੇ ਆ ਕੇ ਨਾ ਕੋਈ ਇੰਗੇਜ ਕਰਨ ਸੰਗਤ ਦੇ ਨਾਲ ਗੱਲਾਂ ਫਿਰ ਸਾਰੀਆਂ ਅਸੀਂ ਨਾ ਸੋਰਟ ਕਰ ਸਕਦੇ ਹਾਂ ਸਾਰਾ ਕੁਝ ਸਵਾਨ ਸਾਰਾ ਚੰਗੀ ਤਰ੍ਹਾਂ ਬਣਾ ਕੇ ਬੈ ਕੇ ਸੋਚ ਸਮਝ ਕੇ ਡਾਇਲੌਗ ਖੋਲ ਸਕਦੇ ਹਾਂ ਭਈ ਦੂਰੋਂ ਦੂਰੋਂ ਗੱਲਾਂ ਤੁਹਾਨੂੰ ਪਤਾ ਕੋਈ ਵਿੱਚ ਗੱਬੇ ਆ ਕੇ ਪਾਰਟੀ ਬਾਈ ਹੋ ਜਾਂਦੀ ਅਸੀਂ ਕਿਸੇ ਪਾਰਟੀ ਬਾਈ ਇੱਥੇ ਨਹੀਂ ਗਏ ਨਾ ਕਿਤੇ ਪੋਲਿਟਿਕਲ ਬਾਈ ਭਾਈ ਨਹੀਂ ਸਾਣਦੇ ਪਤਾ ਸਾਨੂੰ ਨਾ ਕਿਤੇ ਨਾ ਕਿਸੇ ਸੰਸਦ ਨਾਲ ਖਾਲਸਾ ਈ ਇਕੱਲੀ ਸੰਸਦ ਸਾਡੀ ਇਹ ਬੇਨਤੀ ਆ ਪੰਜਾਬ ਨੂੰ ਤੁਸੀਂ ਸਵਾਰੋ ਭਈ ਪੰਜਾਬ ਜਾਂਦੇ ਕੋਈ ਡਰ ਨਾ ਹੋਵੇ ਸਾਡੇ ਵਰਗਿਆਂ ਨੂੰ ਭਈ ਜੇ ਅਸੀਂ ਮਹਾਰਾਸ਼ਟਰੀ ਗੱਲ ਕੀਤੀ ਤੇ ਉੱਥੇ ਸਾਡੀ ਕੋਈ ਪਾਬੰਦੀ ਲੱਗੇ ਅਸੀਂ ਤਾਂ ਸਰਦਾਰ ਰਵੀ ਸਿੰਘ ਉਹਨਾਂ ਨੇ ਬੜਾ ਵਧੀਆ ਮੈਸੇਜ ਦਿੱਤਾ ਵਾ ਕਿ ਕੋਈ ਵੀ ਮਸਲਾ ਵਾ ਅਕਸਰ ਟੇਬਲ ਤੇ ਬੈ ਕੇ ਹੱਲ ਹੋ ਸਕਦਾ ਵਾ ਤੇ ਇਹਨੇ ਕਿਹਾ ਵਾ ਕਿ ਬੰਦੇ ਦੇ ਜਿਹੜੇ ਕੰਮ ਹੈ ਉਹ ਦੇਖਦੇ ਆ ਹਰ ਇੱਕ ਇਨਸਾਨ ਜਿਹੜਾ ਪੈਦਾ ਹੋਇਆ ਕਿਸੇ ਵੀ ਧਰਮ ਚੋਂ ਨੇ ਚੱਲ ਜਾਣਾ ਵਾ ਇੱਕ ਚੀਜ਼ ਨਹੀਂ ਜਾਂਦੀ ਪਿਆਰੇ ਦਰਸ਼ਕੋ ਉਹ ਕੀ ਆ ਬਿਹੇਵੀਅਰ ਆ ਉਹ ਕਰੈਕਟਰ ਆ ਉਹ ਕੀਤੇ ਕੰਮ ਆ ਸੋ ਪੀਟਰ ਸਾਹਿਬ ਜੀ ਸਰਦਾ ਰਵੀ ਸਿੰਘ ਜੀ ਮਿਨਿਸਟਰ ਸਾਹਿਬ ਤੁਹਾਡਾ ਸਿੱਖ ਚਲਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਆ ਤੇ ਆਸ ਕਰਦੇ ਆ ਕਿ ਪੰਜਾਬੀਆਂ ਦੀਆਂ ਜਿਹੜੀਆਂ ਵਾ ਜਿਆਦਾ ਤੇ ਜੋ ਉਹਨਾਂ ਸੋਚਿਆ ਉਹਤੇ ਤੁਸੀਂ ਪੂਰਾ ਪਹਿਰਾ ਦਿਓਗੇ ਪੰਜਾਬ ਵਸਾ ਰਵੇ ਪੰਜਾਬ ਵਸਾ ਰਵੇ ਇਹੀ ਗੁਰੂਆਂ ਪੀਰਾਂ ਦੀ ਧਰਤੀ ਆ ਸਾਰਿਆਂ ਦੀ ਇਹੀ ਅਰਦਾਸ ਆ ਸੋ ਇੱਥੇ ਹੀ ਆਪਾਂ ਸਮਾਪਤੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ First of all, I'd like to call uh, Sadar Charanjit Singh to say a few words on behalf of the Punjab government and to say a few words about the Qatarpur uh, project. And then, after that, we will, uh, after a few more words, we will actually be going for dinner. So, uh, let me hand over to Sadar Charanjit Singh Chani. कि ਅੱਜ ਦਾ ਦਿਨ ਤੁਸੀਂ ਅੱਜ ਦੀ ਸ਼ਾਮ ਸਾਡੇ ਲਈ ਇੱਥੇ ਇਕੱਠੇ ਹੋ ਕੇ ਕੱਢੀ ਹੈ ਖਾਸ ਕਰਕੇ ਮੈਂ ਬਿਰਦੀ ਸਾਹਿਬ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਤੁਹਾਨੂੰ ਸਾਰਿਆਂ ਨੂੰ ਇੱਥੇ ਇਨਵਾਈਟ ਕੀਤਾ ਹੈ ਪ੍ਰੋਫੈਸਰ ਪੀਟਰ ਬਿਰਦੀ ਆਪਣੇ ਆਪ ਇੱਕ ਸੰਸਥਾ ਇਹਨਾਂ ਦੀ ਬਹੁਤ ਵੱਡੀ ਫਾਊਂਡੇਸ਼ਨ ਵੀ ਹੈ ਤੇ ਆਪਣੇ ਕਰਵਾਰ ਦੇ ਨਾਲ ਨਾਲ ਸਮਾਜ ਦੀ ਸੇਵਾ ਦੇ ਵਿੱਚ ਲੱਗੇ ਹੋਏ ਹੈ ਇਨਾ ਵਾਸਤੇ ਜੇ ਮੈਂ ਜ਼ਿਆਦਾ ਹੋਰ ਕੁਝ ਨਾ ਕਹਾ ਇੱਕ ਸ਼ੇਰ ਦੇ ਵਿੱਚ ਗੱਲ ਕਰਾਂ ਤਾਂ ਮੈਂ ਇਹ ਕਹਿ ਸਕਦਾ ਕਿ ਇਹਨਾਂ ਦੀ ਸੋਚ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਅੰਧੇਰੋ ਆਓ ਮੇਰੇ ਘਰ ਸੇ ਰੋਸ਼ਨੀ ਲੈ ਲਓ ਅੰਧੇਰੋ ਆਓ ਮੇਰੇ ਘਰ ਸੇ ਰੋਸ਼ਨੀ ਲੈ ਲਓ ਚਿਰਾਗ ਬੁਝਨੇ ਲੱਗੇਗੇ ਤੋ ਦਿਲ ਜਲਾ ਦੂੰਗਾ ਕੀ ਬਾਤ ਮੈਂ ਜਿੰਨਾ ਇਹਨਾਂ ਨੂੰ ਜਾਣਿਆ ਇਹਨਾਂ ਦੇ ਅੰਦਰ ਹਰ ਕਿਸੇ ਦੇ ਲਈ ਦਰਦ ਤੇ ਜੋ ਉਹਨਾਂ ਲੋਕ ਜਿਹੜੇ ਕਿ ਨੈਗਲੈਕਟਡ ਹੈ ਜਿਹੜੇ ਕਿ ਪੂਰ ਪੀਪਲ ਆਫ ਦਾ ਸੋਸਾਇਟੀ ਹੈ ਜਿਹੜੇ ਸੋਸਾਇਟੀ ਦੇ ਪੂਰੇ ਆਨੰਦ ਨੂੰ ਨਹੀਂ ਮਾਣ ਪਾ ਰਹੇ ਉਹਨਾਂ ਲਈ ਇਹ ਵੱਖ-ਵੱਖ ਦੇਸ਼ਾਂ ਜਾ ਕੇ ਕੰਮ ਕਰਦੇ ਆ ਬਹੁਤ ਸਾਰੇ ਸਕੂਲ ਖੁੱਲੇ ਆ ਬਹੁਤ ਸਾਰੀ ਇਹਨਾਂ ਦੀ ਸੰਸਥਾਵਾਂ ਵੱਲੋਂ ਹੋਰ ਕੰਮ ਕੀਤੇ ਜਾ ਰਹੇ ਆ ਤੇ ਸਭ ਤੋਂ ਉੱਪਰ ਇਹ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਆ ਤੇ ਗੁਰਦੁਆਰਾ ਤੇ ਗੁਰੂ ਦੇ ਕੰਮਾਂ ਲਈ ਹਰ ਗੱਲ ਦੇ ਵਿੱਚ ਅੱਗੇ ਆਉਂਦੇ ਐ ਮੈਂ ਜਿੰਨਿਆਂ ਨੂੰ ਵੀ ਹੁਣ ਤੁਹਾਨੂੰ ਸਾਰਿਆਂ ਨੂੰ ਮਿਲਿਆ ਇੱਥੇ ਤੁਸੀਂ ਵੀ ਸਾਰੇ ਸਮਾਜ ਦੀ ਸੇਵਾ ਦੇ ਵਿੱਚ ਲੱਗੇ ਹੋਏ ਬਿਰਦੀ ਸਾਹਿਬ ਨੇ ਜਿਹਨੂੰ ਵੀ ਮਲਾਇਆ ਤੇ ਨਾਲ ਇਹ ਵੀ ਦੱਸਿਆ ਕਿ ਇਹ ਸੇਵਾ ਕਰ ਰਿਹਾ ਹੈ ਤੇ ਇਹ ਸੇਵਾ ਕਰ ਰਹੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਅੱਜ ਇਸ ਕਮਰੇ ਦੇ ਵਿੱਚ ਕਿ ਹਰ ਕੋਈ ਆਪਣੇ ਕੰਮ ਲਈ ਤਾਂ ਕਰਦਾ ਹੈ ਆਪਣੇ ਪਰਿਵਾਰ ਲਈ ਕਰਦਾ ਹੈ ਲੇਕਿਨ ਆਪਣੇ ਪਰਿਵਾਰ ਦਾ ਟਾਈਮ ਕੱਢ ਕੇ ਸਮਾਜ ਨੂੰ ਦੇਣਾ ਇਹ ਹਰ ਕਿਸੇ ਦੇ ਜਿੰਮੇ ਨਹੀਂ ਆਉਂਦਾ ਇਹ ਤੁਹਾਡੇ ਜਿੰਮੇ ਆਇਆ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕ ਹੈ ਤੇ ਇਸ ਲਈ ਮੈਂ ਤੁਹਾਡਾ ਜਿੱਥੇ ਪੰਜਾਬ ਸਰਕਾਰ ਵੱਲੋਂ ਵੀ ਧੰਨਵਾਦ ਕਰਾਂਗਾ ਉੱਥੇ ਆਪਣੇ ਵੱਲੋਂ ਤੇ ਸਮਾਜ ਵੱਲੋਂ ਤੇ ਪੂਰੀ ਕਮਿਊਨਿਟੀ ਵੱਲੋਂ ਵੀ ਧੰਨਵਾਦ ਕਰਾਂਗਾ ਕਿ ਤੁਸੀਂ ਸਮਾਜ ਦੇ ਲਈ ਤੇ ਕਮਿਊਨਿਟੀ ਦੇ ਲਈ ਕੰਮ ਕਰ ਰਹੇ ਹੋ ਸਾਡੇ ਮਾਨਯੋਗ ਮੁੱਖ ਮੰਤਰੀ ਕੈਪਟਨ ਰਮਿੰਦਰ ਸਿੰਘ ਜੀ ਨੇ ਮੇਰੀ ਖਾਸ ਤੌਰ ਤੇ ਡਿਊਟੀ ਲਗਾਈ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਾਂ ਬਿਰਦੀ ਸਾਹਿਬ ਨੂੰ ਮਿਲਾਂ ਕਿਉਂਕਿ ਆਪਾਂ ਪੰਜ ਗੁਰੂ ਨਾਨਕ ਦੇਵ ਜੀ ਦਾ 550ਵਾਂ ਸਾਲ ਮਨਾਉਣ ਜਾ ਰਹੇ ਹਾਂ ਉਹਨਾਂ ਦਾ ਜਨਮ ਦਿਨ ਮਨਾਉਣ ਆ ਜਾ ਰਹੇ ਬੜੀ ਖੁਸ਼ੀ ਦਾ ਸਮਾਂ ਹੈ ਔਰ ਇਹ ਬਹੁਤ ਹੀ ਵੱਡੇ ਭਾਗਾਂ ਵਾਲੀ ਗੱਲ ਹੈ ਕਿ ਸਮਾਂ ਆਪਣੇ ਸਮੇਂ ਦੇ ਵਿੱਚ ਆ ਰਿਹਾ ਹੈ ਅਸੀਂ ਉਸ ਟਾਈਮ ਅਜਹੌਣ ਦੇ ਵਿੱਚ ਆ ਜਦੋਂ ਗੁਰੂ ਸਾਹਿਬ ਦੇ 550 ਸਾਲ ਜਨਮ ਦਿਨ ਦੇ ਪੂਰੇ ਹੋ ਰਹੇ ਹੈ ਸੋ ਇਸ ਨੂੰ ਬਹੁਤ ਵੱਡੇ ਪੱਧਰ ਤੇ ਪੰਜਾਬ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਹੈ ਉਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਦਿਲੋਂ ਇਹ ਮੰਤਰਿਤ ਕਰਨਾ ਚਾਹੁੰਦਾ ਇਨਵਾਈਟ ਕਰਨਾ ਚਾਹੁੰਦਾ ਤੇ ਪੰਜਾਬ ਸਰਕਾਰ ਵੱਲੋਂ ਕੈਪਟਨ ਭਿੰਦਰ ਸਿੰਘ ਜੀ ਵੱਲੋਂ ਮੁੱਖ ਮੰਤਰੀ ਜੀ ਉਹਨਾਂ ਵੱਲੋਂ ਵੀ ਮੈਂ ਤੁਹਾਨੂੰ ਇਨਵਾਈਟ ਕਰਦਾ ਕਿ ਤੁਸੀਂ ਪੰਜਾਬ ਆਓ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਸ ਲਈ ਤੁਸੀਂ ਜਰੂਰ ਸਾਡੇ ਵਿਚਕਾਰ ਆ ਕੇ ਇਸ ਵੱਡੇ ਪ੍ਰੋਗਰਾਮ ਦਾ ਗੁਰੂ ਦੇ ਪ੍ਰੋਗਰਾਮ ਦਾ ਹਿੱਸਾ ਬਣੋ ਇਹਦੇ ਵਿੱਚ ਵਿਰਦੀ ਫਾਊਂਡੇਸ਼ਨ ਵੱਲੋਂ ਅਸੀਂ 550 ਕੁੜੀਆਂ ਦੇ ਜਿਹੜੀਆਂ ਨੇੜੀ ਪਰਿਵਾਰ ਹੈ ਉਹਨਾਂ ਦੀ ਸ਼ਾਦੀ ਰਚਾ ਰਹੇ ਹਾਂ ਪੰਜਾਬ ਸਰਕਾਰ ਤੇ ਵਿਰਦੀ ਫਾਊਂਡੇਸ਼ਨ ਇਹ ਸਾਂਝੇ ਤੌਰ ਤੇ ਫੰਕਸ਼ਨ ਕਰ ਰਹੀ ਹੈ ਇਸ ਦੇ ਨਾਲ ਹੀ 550 ਉਹਨਾਂ ਪ੍ਰਮੁੱਖ ਸ਼ਖਸੀਅਤਾਂ ਜਿਨ੍ਹਾਂ ਨੇ ਜਿਹੜੀਆਂ ਗੁਰਨਾਨਕ ਨਾਮ ਲੈਵਾ ਹੈ ਤੇ ਉਹਨਾਂ ਨੇ ਆਪਣੇ ਆਪਣੇ ਫੀਲਡ ਦੇ ਵਿੱਚ ਐਕਸਲ ਕੀਤਾ ਉਹ ਅੱਗੇ ਵਧੇ ਹੈ ਉਹਨਾਂ ਨੂੰ ਵੀ ਅਸੀਂ ਸਨਮਾਨ ਕਰਨ ਜਾ ਰਹੇ ਹਾਂ ਉਹਦੇ ਜਿਸੀਂ ਬ੍ਰਿਧੀ ਸਾਹਿਬ ਨੂੰ ਵੀ ਇਨਵਾਈਟ ਕੀਤਾ ਇਹਨਾਂ ਨੂੰ ਵੀ ਅਸੀਂ ਕਰਨਾ ਚਾਹੁੰਦੇ ਆ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਟੂ ਦਾ ਸੁਸਾਇਟੀ ਉਹਦੇ ਵਾਸਤੇ ਅਸੀਂ ਇਹਨਾਂ ਨੂੰ ਵੀ ਸਨਮਾਨ ਕਰਨਾ ਚਾਹੁੰਦੇ ਆ ਕਿ ਮੈਂ ਇਹ ਕੰਮ ਆਪਣੇ ਤੌਰ ਤੇ ਨਹੀਂ ਕੀਤਾ ਜਾ ਸਕਦਾ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਬ੍ਰਿਧੀ ਫਾਊਂਡੇਸ਼ਨ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਚੰਗੇ ਬੰਦਿਆਂ ਨੂੰ ਨੋਮੀਨੇਟ ਕਰੋ ਇਹਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਆ ਤੁਸੀਂ ਸਮਝਦੇ ਹੋ ਕਿ ਉਹ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਦੇ ਨਾਮ ਸਾਨੂੰ ਭੇਜੋ ਅਸੀਂ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕਰਾਂਗੇ ਜੋ ਵੀ ਤੁਸੀਂ ਸਾਨੂੰ ਐਡਵਾਈਸ ਕਰੋਗੇ ਅਸੀਂ ਉਹਦੇ ਤੇ ਕੰਮ ਕਰਾਂਗੇ ਇਸ ਦੇ ਨਾਲ ਹੀ ਬਹੁਤ ਵੱਡੇ ਪੱਧਰ ਤੇ 5 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ ਉੱਥੇ ਬੱਡੇ ਸਮਾਗਮ ਹੋਣੇ ਆ ਤੁਹਾਡੀ ਦੇਖਰੇਖ ਦਾ ਤੁਹਾਡੇ ਉੱਥੇ ਆਉਣ ਦਾ ਹਰ ਤਰ੍ਹਾਂ ਦਾ ਐਸੀ ਇੰਤਜ਼ਾਮ ਕਰਾਂਗੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਇਹ ਐਸੀ ਇਨਸ਼ੋਰ ਕਰਾਂਗੇ ਤੁਸੀਂ ਪ੍ਰੋਗਰਾਮ ਦੇ ਵਿੱਚ ਆਓ ਤੁਹਾਡਾ ਸਾਰਿਆਂ ਦਾ ਇੱਥੇ ਇਕੱਠੇ ਹੋਣ ਲਈ ਮੈਂ ਇੱਕ ਵਾਰ ਫੇਰ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਪ੍ਰੋਫੈਸਰ ਪੀਟਰ ਬਿਰਦੀ ਜੀ ਦਾ ਜਿਨ੍ਹਾਂ ਨੇ ਤੁਹਾਨੂੰ ਸਾਰਿਆਂ ਨੂੰ ਅੱਜ ਇੱਥੇ ਬੁਲਾਇਆ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ एक गल मैं राहत इंदौरी दी हो और कह देना कि चलते फिरते महताब दिखाएंगे तुम्हें चलते फिरते महताब दिखाएंगे तुम्हें हमसे मिलना कभी पंजाब दिखाएंगे तुम्हें चांद हर छत पे है सूरज है हर आंगन में अपनी सरजमी पे आना तो नए खाब दिखाएंगे तुम्हें ਥੈਂਕ ਯੂ ਵੈਰੀ ਮੱਚ ਬਿਊਟੀਫੁਲ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਲੰਬਾ ਸਾਹਿਬ ਲੋਰ ਲੰਬਾ ਜੀ ਲੰਬਾ ਡਾਉਨ ਲੋਰ ਲੰਬਾ ਜੀ ਅਮਰਸਰ ਤੋਂ ਹੈ ਮੈਨੂੰ ਉਹਨੇ ਮਿਲੇ ਬੜੇ ਪਿਆਰੇ ਸੱਜਣ ਹੈ ਪਹਿਲਾਂ ਵੀ ਇੱਕ ਵਾਰ ਪੇਟ ਹੋਈ ਸੀ 550 ਕੁੜੀਆਂ ਦੀ ਜਿਹੜੀ ਸ਼ਾਦੀ ਕਰਨੀ ਆ ਆਪਾਂ ਨੇ ਉਹਦੇ ਵਾਸਤੇ ਇਹਨਾਂ ਨੇ ਸਲਾਈ ਮਸ਼ੀਨਾਂ 550 ਦੇਣੀ ਹੈ ਬੋਲੇ ਸੋਨਿਆ ਸੋਨਿਆ ਸਿਆਪਾ ਇਸ ਤਰ੍ਹਾਂ ਇਹ ਸਾਰੀ ਸਿੱਖ ਸੰਗਤ ਨੇ ਮਿਲ ਕੇ ਇਹ ਮਤਲਬ ਮੇਰੇ ਵਾਸਤੇ ਜਾਂ ਸਾਨੂੰ ਲੱਗਦਾ ਕਿ ਬਹੁਤ ਵੱਡਾ ਕਾਰਜ ਹੈ ਲੇਕਿਨ ਜਦ ਤੁਸੀਂ ਮਿਲ ਜਾਂਦੇ ਹੋ ਤਾਂ ਮੈਨੂੰ ਇਹ ਲੱਗਣ ਲੱਗ ਜਾਂਦਾ ਕਿ ਇਹ ਕਾਰਜ ਹੀ ਬੜਾ ਛੋਟਾ ਰੱਖ ਲਿਆ ਮੈਂ ਲੇਕਿਨ ਫਿਰ ਵੀ 550 ਨੀਡੀ ਕੁੜੀਆਂ ਦੀ ਸ਼ਾਦੀ ਕਰਨੀ ਹੈ ਉਹ ਇੱਕ ਬਹੁਤ ਵੱਡਾ ਕਾਰਜ ਹੋਏਗਾ ਬਹੁਤ ਵੱਡੀ ਗੈਦਰਿੰਗ ਹੋਏਗੀ 550 ਬੰਦਾ 100-100 ਬਰਾਤੀ ਆਵੇ ਉਹਦੇ ਨਾਲ ਦੇਖੋ ਕਿੱਥੇ ਗੱਲ ਪਹੁੰਚ ਜਾਂਦੀ ਹੈ ਚੇਸ ਕਰਕੇ ਤੁਸੀਂ ਅਸੀਂ ਤੁਹਾਨੂੰ ਉਹਦੇ ਵਿੱਚ ਵੀ ਇਨਵਾਈਟ ਕਰਾਂਗੇ ਕਿਸੇ ਬਿਰਦੀ ਸਾਹਿਬ ਉਹਨਾਂ ਨਾਲ ਮਿਲ ਕੇ ਪੰਜਾਬ ਦੇ ਵਿੱਚ 21 ਫਰਵਰੀ ਨੂੰ ਪੰਜਾਬੀ ਦਿਵਸ ਮਨਾ ਰਹੇ ਹਾਂ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਪੰਜਾਬੀ ਜਿਦਜਾਨ ਹੈ ਮੈਂ ਹੁਣ ਤੁਹਾਡੇ ਨਾਲ ਇੰਗਲਿਸ਼ ਵਿੱਚ ਵੀ ਗੱਲ ਕਰ ਸਕਦਾ ਅਸੀਂ ਲੇਕਿਨ ਜਿੰਨਾ ਪਿਆਰ ਦੇ ਨਾਲ ਤੁਹਾਨੂੰ ਪੰਜਾਬੀ ਵਿੱਚ ਬੋਲ ਸਕਦਾ ਸ਼ਾਇਦ ਮੈਂ ਇੰਗਲਿਸ਼ ਵਿੱਚ ਨਹੀਂ ਬੋਲ ਸਕਦਾ ਹੋਵਾਂ ਕਿਉਂਕਿ ਮਾਂ ਬੋਲੀ ਮੰਦੇ ਦੀ ਜਿੰਦ ਜਾਨ ਹੁੰਦੀ ਹੈ ਮਾਂ ਤੋਂ ਹੀ ਬੰਦਾ ਸਾਰਾ ਕੁਝ ਸਿੱਖਦਾ ਹੈ ਸੋ ਅਸੀਂ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ 21 ਫਰਵਰੀ ਨੂੰ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਕਲਚਰ ਪ੍ਰੋਗਰਾਮ ਕਰਨ ਜਾ ਰਹੇ ਹਾਂ ਉਹਦੇ ਵਿੱਚ ਵੀ ਅਸੀਂ ਤੁਹਾਨੂੰ ਇਨਵਾਈਟ ਕਰਾਂਗੇ ਤੁਹਾਡਾ ਬਹੁਤ ਧੰਨਵਾਦ ਮੈਂ ਈਮੇਲ ਐਡਰੈਸ ਤੇ ਹੋਰ ਸਾਰੇ ਲੈ ਲਾਂਗਾ ਤੁਹਾਨੂੰ ਪ੍ਰੋਪਰ ਇਨਵੀਟੇਸ਼ਨ ਵੀ ਅਸੀਂ ਭੇਜਾਂਗੇ ਤੁਸੀਂ ਜਰੂਰ ਆਓ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਕੀ ਫਤਿਹ ਸਾਰਿਆਂ ਨੂੰ ਜੀ ਆਇਆਂ ਨੂੰ ਫਿਰ ਮੈਂ ਲੋਡ ਰਮੀ ਰੈਂਜਰ ਨੂੰ ਵਧਾਈਆਂ ਦੇਣਾ ਚਾਹੁੰਦਾ ਸਾਨੂੰ ਬੜੀ ਖੁਸ਼ੀ ਆ ਸਾਡਾ ਇੱਕ ਹੋਰ ਸਿੱਖ ਭਰਾ ਲੋਡ ਬਣਿਆ ਬਾਕੀ ਅੰਕਲ ਜੀ ਤਾਂ ਲੋਡ ਹੈ ਬਾਕੀ ਸੂਰੀ ਅੰਕਲ ਜੀ ਉਹ ਵੀ ਲੋਡ ਨੇ ਪਰ ਇੱਕ ਹੋਰ ਸਾਡਾ ਲੋਡ ਬਣਿਆ ਤੇ ਇਹੀ ਅਰਦਾਸ ਕਰ ਰਹੇ ਆ ਇਦਾਂ ਹੀ ਸਾਡੀ ਸਿੱਖ ਕੌਮ ਵੱਧਦੀ ਰਵੇ ਤੇ ਕੰਟਰੀਬਿਊਟ ਕਰਦੀ ਰਵੇ ਬ੍ਰਿਟਿਸ਼ ਸੁਸਾਇਟੀ ਦੇ ਨਾਲ ਤੇ ਬਾਕੀ ਜੋ ਆਨਰੇਬਲ ਮਿਨਿਸਟਰ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਅਸੀਂ ਜੀ ਆਖਦੇ ਆ ਤੇ ਇਵੀ ਮੈਂ ਨਾ ਅੱਜ ਗੱਲ ਕੀਤੀ ਸੀ ਲੰਚ ਦੇ ਉੱਤੇ ਡੈਟ ਐਨ ਆਰ ਆਈਆਂ ਨੂੰ ਕਈ ਪ੍ਰੋਬਲਮਾਂ ਆਉਂਦੀਆਂ ਕਈਆਂ ਨੂੰ ਜ਼ਮੀਨ ਦੀ ਪ੍ਰੋਬਲਮ ਆਉਂਦੀ ਆ ਕਈਆਂ ਨੂੰ ਹੋਰ ਪ੍ਰੋਬਲਮਾਂ ਆਉਂਦੀਆਂ ਵਾ ਤੇ ਇਹਨਾਂ ਦੇ ਵੱਲ ਵੀ ਸਰਕਾਰ ਧਿਆਨ ਦੇਵੇ ਇਹ ਬਹੁਤ ਜ਼ਰੂਰੀ ਆ ਡੈਟ ਐਨ ਆਰ ਆਈ ਪੰਜਾਬ ਤੋਂ ਨਾ ਟੁੱਟਣ ਇਹਨਾਂ ਨੂੰ ਕੋਈ ਡਰ ਨਾ ਹੋਵੇ ਕਿਸੇ ਚੀਜ਼ ਦਾ ਇਹ ਆਪਣੀ ਜ਼ਮੀਨ ਜਾਂ ਇਹਨਾਂ ਦੀ ਪੁਰਖਾਂ ਦੀ ਜਿਹੜੀ ਜ਼ਮੀਨ ਆ ਉਹ ਇਹਨਾਂ ਦਾ ਹੱਕ ਆ ਇਹਨਾਂ ਤੋਂ ਖੋਈ ਨਾ ਜਾਵੇ ਤੇ ਉਹ ਇਹ ਉਹ ਧਾਰ ਸਿਲਸਿਲਾ ਨਾ ਬਣੇ ਉੱਥੇ ਜਿਹੜਾ ਬੰਦਾ ਜਾਵੇ ਉਹਨੂੰ ਕੋਈ ਜੇਲ੍ਹ 'ਚ ਧੱਕਿਆ ਜਾਵੇ ਜਾਂ ਉਹਨੂੰ ਕੋਈ ਗਲਤ ਪਰਚਾ ਉਹਦੇ ਉੱਤੇ ਕੀਤਾ ਜਾਵੇ ਇਹਨਾਂ ਨੇ ਮੈਨੂੰ ਅਸ਼ੋਰ ਕੀਤਾ ਦੇਖੋ ਜੀ ਪੰਜਾਬ ਦੇ ਵਿੱਚ ਬਹੁਤ ਚੇਂਜੇਜ਼ ਆ ਰਹੀਆਂ ਨੇ ਹੌਲੀ-ਹੌਲੀ ਆ ਰਹੀਆਂ ਨੇ ਬਟ ਆਉਣਗੀਆਂ ਜ਼ਰੂਰ ਪਰ ਮੇਰੀ ਇਹੀ ਬੇਨਤੀ ਆ ਜਿੰਨੇ ਮੇਰੇ ਐਨ ਆਰ ਆਈ ਭੈਣ ਭਰਾਵਾ ਨੌਜਵਾਨਾ ਵੀਰਾਂ ਤੁਸੀਂ ਪਲੀਜ਼ ਪੰਜਾਬ ਦੇ ਨਾਲ ਨਾ ਟੁੱਟੋ ਹਿੰਦੁਸਤਾਨ ਦੇ ਨਾਲ ਨਾ ਟੁੱਟੋ ਆਪਾਂ ਇੱਥੇ ਬਾਹਰ ਆਪਣੇ ਆਪਣੀ ਜਿਹੜੀ origin ਇਟਸ ਇੰਡੀਅਨ ਆਪਣੀ origin ਪੰਜਾਬ ਤੋਂ ਆ ਤੇ ਠੀਕ ਆ ਹੁਣ ਸਮਾਂ ਨਹੀਂ ਤੁਹਾਡੇ ਤੁਸੀਂ ਕੀ ਕਰ ਰਹੇ ਸਾਡੇ ਨਹੀਂ ਸਾਡੇ ਚਾਚੇ ਜਾਂਤਾਏ ਜਾਂ ਮਾਮੇ ਸਾਨੂੰ ਤੰਗ ਕਰ ਰਹੇ ਆ ਇਹਦੇ ਕੋਈ ਟਾਈਮ ਟਾਈਮ ਦੀ ਗੱਲ ਹੁੰਦੀ ਆ ਬਟ ਉਹਨਾਂ ਨੇ ਜ਼ਮੀਨ ਨਾਲ ਨਹੀਂ ਲੈ ਜਾਣੀ ਇਹ ਤੁਹਾਡੇ ਪੁਰਖਾਂ ਦੀ ਹੱਕ ਹਲਾਲ ਦੀ ਕਮਾਈ ਆ ਇਹ ਤੁਹਾਨੂੰ ਮਿਲੂਗੀ ਸਰਕਾਰ ਉੱਥੇ ਆ ਬੈਠੀ ਐਨਆਈ ਐਨਆਰਆਈ ਵਿੰਗ ਤੇ ਇਹਨਾਂ ਨੂੰ ਰੀਕਵੈਸਟ ਪੰਜਾਬ ਸਰਕਾਰ ਨੂੰ ਮੈਂ ਇਹ ਕਰੂੰਗਾ ਕਿ ਇੱਕ ਆਫਿਸ ਇਹਨਾਂ ਦਾ ਇੱਥੇ ਖੁੱਲ੍ਹਿਆ ਜਾਵੇ ਤੇ ਜਿਹੜੇ ਬੰਦੇ ਡਰਦੇ ਆ ਉੱਥੇ ਜਾਣ ਤੋਂ ਆਪਣਾ ਕੰਪਲੇਂਟ ਜਾਂ ਆਪਣੀ ਕੋਈ ਦਰਖਾਸਤ ਇੱਥੇ ਜਮ੍ਹਾਂ ਕਰਾਉਣ ਤੇ ਇੱਥੋਂ ਐਕਸ਼ਨ ਲਿਆ ਜਾਵੇ ਸਰਕਾਰ ਦੇ ਨਾਲ ਤਾਂ ਮੁੜ ਕੇ ਅਸੀਂ ਜੁੜੀਏ ਪੰਜਾਬ ਦੇ ਨਾਲ ਅੱਜ ਇਹਨਾਂ ਨਾਲ ਬਹੁਤ ਲੰਮੀ ਚੌੜੀ ਚਰਚਾ ਹੋਈ ਸੀ ਓਵਰ ਲੰਚ ਐਸੇ ਟਾਪਿਕ ਦੇ ਉੱਤੇ ਕਿ ਲੋਕ ਟੁੱਟ ਰਿਹਾ ਪੰਜਾਬ ਤੋਂ ਜੁੜ ਨਹੀਂ ਰਹੇ ਤੇ ਉਹ ਇਸ ਗੱਲ ਨੂੰ ਵੀ ਨੋਟ ਕਰ ਰਿਹਾ ਕਿਸੇ ਟਾਈਮ ਸਾਡੇ ਪਿੰਡਾਂ ਵੱਲ ਕਰੋੜ 2 ਕਰੋੜ ਨੂੰ ਖੇਤ ਚਲਾ ਗਿਆ ਸੀ ਅੱਜ ਉਹੀ ਖੇਤ 25-30 ਲੱਖ ਦਾ ਹੋ ਗਿਆ ਇਹ ਐਨਆਰਆਈਆਂ ਨੇ ਉਸ ਇਕਨੋਮੀ ਨੂੰ ਕੰਟ੍ਰਿਬਿਊਟ ਕੀਤਾ ਸੋ ਮਾਈ ਓਨਲੀ ਐਡਵਾਈਸ ਟੂ एवरीवन ਇਜ਼ ਦ ਲਿਸਨ ਸਟੇ ਸਟਰੋਂਗ ਥਿਸ ਇਜ਼ ਯੋਰ ਲੈਂਡ ਇਟਸ ਯੋਰ ਕੰਟਰੀ ਐਂਡ ਯੂ ਸ਼ੁੱਡ ਸਟੈਂਡ ਔਪ ਫੋਰ ਵਾਟਸ ਯੋਰਸ ਐਂਡ ਕੋਈ ਪ੍ਰੋਬਲਮ ਹੈ ਬਹੁਤ ਜਲਦ ਤੁਸੀਂ ਇਹੀ ਰਿਕਵੈਸਟ ਮੈਂ ਹੁਣ ਜਦੋਂ ਇੰਡੀਆ ਜਾਊਂਗਾ ਮੰਤਰੀ ਸਾਹਿਬ ਵੀ ਜਦੋਂ ਵਾਪਸ ਜਾਣਗੇ ਇਹੀ ਰਿਕਵੈਸਟ ਕਰਨਗੇ ਚੀਫ ਮਿਨਿਸਟਰ ਕੈਪਟਨ ਰਮਿੰਦਰ ਸਿੰਘ ਨੂੰ ਕਿ ਇੱਕ ਦਫਤਰ ਜਾਂ ਇੱਕ ਯੂਨਿਟ ਪਮ ਐਮਬੈਸੀ ਚ ਹੋਵੇ ਪਮ ਇੰਡੀਪੈਂਡੈਂਟ ਹੋਵੇ ਇੱਕ ਆਫਿਸ ਖੋਲਿਆ ਜਾਵੇ ਜਿਹੜਾ ਇਜ਼ ਕਨੈਕਟਡ ਟੂ ਦ ਐਨਆਰਆਈ ਵਿੰਗ ਇਨ ਪੰਜਾਬ ਇੰਨਾ ਕਹਿੰਦਾ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਜੀ ਆਇਆਂ ਆਖਦਾ ਬਾਕੀ ਕੋਈ ਭੁੱਲਚੁੱਕ ਮਾਫ ਹੋਵੇ ਤੇ ਗਲਤੀ ਮਾਫ ਕੋਈ ਸ਼ਬਦ ਗਲਤ ਬੋਲਿਆ ਹੋਵੇ ਤੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਛੇੜ ਦਿੰਦਾ ਇਸ ਕਰਕੇ ਮੈਂ ਤੁਹਾਡੇ ਜੇ ਤੁਸੀਂ ਅਲਾਉ ਕਰੋ 2 ਮਿੰਟ ਹੋਰ ਲੈ ਲਾਂ ਕਿ ਜਿਹੜਾ ਐਨ ਆਰ ਆਈ ਹੈ ਜਦੋਂ ਪਿੰਡ ਤੋਂ ਬਾਹਰ ਆਉਂਦਾ ਹੈ ਉਹ ਹਮੇਸ਼ਾ ਆਪਣੇ ਪਿੰਡ ਲਈ ਲੋਚਦਾ ਹੈ ਮੇਰੇ ਚਾਚਾ ਜੀ ਇੱਥੇ ਆਏ ਹੋਏ ਹੈ ਉਹ ਜਦ ਵੀ ਮੈਨੂੰ ਮਿਲਦੇ ਹੈ ਉਹ ਕਹਿੰਦੇ ਆਰ ਉਹ ਸਾਡੇ ਟੋਬੇ ਦਾ ਕੁਝ ਕਰ ਸਾਡੇ ਉਹ ਰਸਤੇ ਦਾ ਕੁਝ ਕਰ ਕਿਉਂਕਿ ਇੱਕ ਰੂਹ ਦੇ ਨਾਲ ਅਟੈਚਮੈਂਟ ਹੁੰਦੀ ਹੈ ਆਪਣੇ ਪਿੰਡ ਦੀ ਆਪਣੇ ਸ਼ਹਿਰ ਦੀ ਆਪਣੇ ਇਲਾਕੇ ਦੀ ਜਿਹੜੀ ਕਿ ਉਹ ਕਦੇ ਟੁੱਟ ਨਹੀਂ ਸਕਦੀ ਹੁਣੇ ਮੈਂ ਮਿਲਿਆ ਸੀ ਤੁਹਾਡੇ ਨਾਲ ਸੀ ਜਿਨ੍ਹਾਂ ਦਾ ਇੱਥੇ ਕੱਪੜੇ ਦਾ ਬਿਜ਼ਨਸ ਹੈ ਜਿਸ ਅਸੀਂ ਇਹ ਪੈਦਾ ਇੱਥੇ ਹੋਏ ਹੈ ਲੇਕਿਨ ਹਰ ਸਾਲ ਤਿੰਨ ਵਾਰ ਜਾਂਦੇ ਆ ਆਪਣੇ ਪਿੰਡ ਦੇ ਵਿੱਚ ਇਹ ਇਹ ਇੱਕ ਜਿਹੜੀ ਮਾਂ ਦੇ ਨਾਲ ਤੇ ਆਪਣੀ ਧਰਤੀ ਦੇ ਨਾਲ ਸਾਡੀ ਅਟੈਚਮੈਂਟ ਹੈ ਕਦੇ ਟੁੱਟ ਨਹੀਂ ਸਕਦੀ ਇਸ ਕਰਕੇ ਐਨ ਆਰ ਆਈ ਹਮੇਸ਼ਾ ਚਾਹੁੰਦਾ ਹੈ ਹਮੇਸ਼ਾ ਸੋਚਦਾ ਹੈ ਕਿ ਮੇਰਾ ਪਿੰਡ ਮੇਰਾ ਇਲਾਕਾ ਪਰਫੁੱਲਟ ਹੋਵੇ ਮੇਰਾ ਪੰਜਾਬ ਅੱਗੇ ਵਧੇ ਇਸ ਲਈ ਪੰਜਾਬ ਤੋਂ ਤੁਹਾਨੂੰ ਕਿਸੇ ਤਰ੍ਹਾਂ ਦੀ ਨਿਮੋਸ਼ੀ ਨਹੀਂ ਮਿਲੇਗੀ ਅੱਜ ਪੰਜਾਬ ਬਹੁਤ ਸੇਫ ਹੱਥਾਂ ਦੇ ਵਿੱਚ ਹੈਗਾ ਕੈਪਟਨ ਰਮੇਂਦਰ ਸਿੰਘ ਦੀ ਸੋਚ ਇਸ ਪੱਖੋਂ ਬਹੁਤ ਅੱਛੀ ਹੈ ਔਰ ਮੈਂ ਤੁਹਾਨੂੰ ਇੱਕ ਜ਼ਿੰਮੇਵਾਰੀ ਦੇ ਨਾਲ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਅਸੀਂ ਵੈਸੇ ਐਨਆਰਆਈ ਵਿੰਗ ਸਾਡਾ ਹੈਗਾ ਪਰ ਜਿਸ ਤਰ੍ਹਾਂ ਤੁਸੀਂ ਸੋਸ਼ਲ ਵਰਕ ਕਰਦੇ ਹੋ ਅੱਜ ਤੋਂ ਮੈਂ ਪ੍ਰਣ ਲੈਂਦਾ ਕਿ ਮੈਂ ਇਸ ਨੂੰ ਸੋਸ਼ਲ ਵਰਕ ਸਮਝਾਂਗਾ ਕਿ ਜੇ ਕੋਈ ਐਨ ਆਰ ਆਈ ਦੇ ਨਾਲ ਉੱਥੇ ਧੱਕਾ ਹੋ ਰਿਹਾ ਤਾਂ ਮੈਂ ਉੱਥੇ ਜਾ ਕੇ ਖੜਾਂਗਾ ਤੇ ਹਰ ਗੱਲ ਦੇ ਵਿੱਚ ਤੁਸੀਂ ਅਸੀਂ ਇੱਕ ਈਮੇਲ ਐਡਰੈਸ ਦੇ ਦਾਂਗੇ ਪੂਰੇ ਲਾਂਚ ਕਰ ਦਾਂਗੇ ਸਿੱਖ ਚੈਨਲ ਵਾਲੇ ਵੀ ਹੈਗੇ ਹਰ ਪੰਜਾਬ ਦੇ ਵਿੱਚ ਜਾਂਦਾ ਹੈ ਹਰ ਜਗ੍ਹਾ ਦੇ ਵਿੱਚ ਜਾਂਦਾ ਹੈ ਸੋ ਅਸੀਂ ਹਰ ਐਨ ਆਰ ਆਈ ਤਾਂ ਕਿ ਇੱਕ ਈਮੇਲ ਐਡਰੈਸ ਪਹੁੰਚਾ ਦਿੰਦੇ ਹਾਂ ਉਹਦੇ ਤੇ ਜਿਹੜੀ ਕੰਪਲੇਂਟ ਆਏਗੀ ਉਹਨੂੰ ਅਸੀਂ ਸੰਜੀਦਗੀ ਦੇ ਨਾਲ ਔਰ ਬੜੇ ਸਹੀ ਤਰੀਕੇ ਦੇ ਨਾਲ ਨੇ ਜਿੱਟ ਕੇ ਕਿਸੇ ਐਨਆਰਆਈ ਦੇ ਨਾਲ ਉਹਦੀ ਜ਼ਮੀਨ ਨਹੀਂ ਹੜੱਪੀ ਜਾਏਗੀ ਉਹਦੇ ਨਾਲ ਕੋਈ ਤੱਕਾ ਨਹੀਂ ਹੋਏਗਾ ਕਿਸੇ ਦੇ ਨਜਾਇਜ਼ ਪਰਚਾ ਨਹੀਂ ਹੋਏਗਾ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਬਹੁਤ ਧੰਨਵਾਦ ਵਾਈ ਥੈਂਕ ਯੂ ਵਾਈ ਕਾ ਸਾ ਵਾਈ ਜੀ ਕੀ ਫਤਹਿ ਸਹਾ ਸੰਗਤ ਜੀ ਸਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੋਈ ਆ ਕਿ ਸਾਡੇ ਮਿਨਿਸਟਰ ਟੂਰਿਜ਼ਮ ਮਿਨਿਸਟਰ ਸਰਦਾਰ ਚਰਨਜੀਤ ਸਿੰਘ ਚੰਨੀ ਜੋ ਸਾਡੇ ਪੰਜਾਬ ਤੋਂ ਅਜੇ ਆਏ ਨੇ ਉਸ ਉਸ ਧਰਤੀ ਤੋਂ ਆਏ ਨੇ ਜੋ ਗੁਰੂਆਂ ਦੀ ਧਰਤੀ ਆ ਇਥੇ ਗੁਰੂ ਗੋਬਿੰਦ ਸਿੰਘ ਦੇ ਦੋ ਲਾਲ ਵੀ ਸ਼ਹੀਦ ਹੋਏ ਚਮਕੌਰ ਸਾਹਿਬ ਦੀ ਘੜੀ ਦੇ ਵਿੱਚ ਉੱਥੋਂ ਦੇ ਉੱਥੋਂ ਦੇ ਸਾਡੇ ਮੈਂਬਰ ਐਮ ਐਲ اے ਨੇ ਉੱਥੋਂ ਦੇ ਮਨਿਸਟਰ ਨੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਅਸੀਂ ਇਹਨਾਂ ਨੂੰ ਬਹੁਤ-ਬਹੁਤ ਜੀ ਆਇਆਂ ਕਹਿੰਨੇ ਆ ਕਿ ਸਾਡੇ ਚ ਅੱਜ ਆ ਕੇ ਇਹਨਾਂ ਆਪਣੇ ਵਿਚਾਰ ਰੱਖੇ ਨੇ ਔਰ ਨਾਲ ਹੀ ਮੈਂ ਇਸ ਗੱਲ ਤੋਂ ਗੁਰੇਜ਼ ਨਹੀਂ ਕਰਦਾ ਕਿ ਸਰਦਾਰ ਪੀਟਰ ਸਿੰਘ ਵਿਰਦੀ ਜਿਨ੍ਹਾਂ ਦੀ ਰਕਵਸਤ ਤੇ ਜਾਂ ਉਹਨਾਂ ਦੇ ਕਹਿਣ ਦੇ ਉਤੇ ਅੱਜ ਆਏ ਨੇ ਜਿਨ੍ਹਾਂ ਨੂੰ ਸਾਨੂੰ ਦਰਸ਼ਨ ਹੋਏ ਨੇ ਸਰਦਾਰ ਪੀਟਰ ਸਿੰਘ ਬਿਰਦੀ ਜਿਹਦੀ ਕੋਈ ਮਿਸਾਲ ਨਹੀਂ ਔਰ ਉਹਦਾ ਕੋਈ ਜਵਾਬ ਨਹੀਂ ਕਿਉਂਕਿ ਮੈਂ ਇੱਥੇ ਜ਼ਰੂਰ ਕਵਾਂਗਾ ਕਿ ਸੈਂਟਰਲ ਗੁਰਦੁਆਰਾ ਲੰਡਨ ਜੋ ਇੱਕ ਵਾਰੀ ਸਾਡਾ ਗੁਰਦੁਆਰਾ ਬਿਲਕੁਲ ਰਨ ਡਾਊਨ ਹੋ ਸਕਿਆ ਸੀ ਯੂਰਪ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਇਸ ਗੁਰਮਖ ਸੱਜਣ ਨੇ ਬੀੜਾ ਚੁੱਕਿਆ 1.5 ਮਿਲੀਅਨ ਆਪਣੀ ਜੇਬ ਚੋਂ ਖਰਚ ਕਰਕੇ ਸਾਡੇ ਗੁਰਦੁਆਰੇ ਨੂੰ ਰੀਬਰਥ ਕੀਤਾ ਔਰ ਮੈਂ ਇਸ ਕਰਕੇ ਸਰਦਾਰ ਪੀਟਰ ਸਿੰਘ ਵਰਦੀ ਦਾ ਵੀ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਵਾਹ ਖਾਲਸਾ ਵਾਹਿ ਜੀ ਕੀ ਫਤਿਹ ਟੋਰਾਂਟੋ ਤੋਂ ਬਾਈਕਾਰ 10 ਆਦਮੀ ਹੈ ਸਾਡੇ 10 ਆਦਮੀ ਬਾਈਕਾਰ ਪਾਕਿਸਤਾਨ ਜਾ ਰਹੇ ਨੇ ਟੋਰਾਂਟੋ ਤੋਂ ਇਹਨਾਂ ਦੀ ਯਾਤਰਾ ਸ਼ੁਰੂ ਹੋਈ ਹੈ ਬੰਬੇ ਤੱਕ ਤੇ ਸਾਕਾਂਤ ਲੋਧੀ ਹੁੰਦੇ ਹੋਏ ਹਯੂਰ ਸਾਹਿਬ ਤੈਨ ਬਿਗਨਾ ਐਂਡ ਹੁੰਗਨਾ ਖੋਣਾ ਆਇਆ ਜਿਹੜਾ ਸਾਡੇ ਉਹ ਬੰਬੇ ਤੋਂ ਆਉਣਾ ਹੈ अच्छा ਤੇ ਤੁਸੀਂ ਤੁਸੀਂ ਕਾਰ ਦੇ ਕਾਰ ਚ ਜਾ ਰਹੇ ਹਾਂ ਹਾਂਜੀ ਹਾਂਜੀ ਸਾਡੇ ਪਾਸ ਇੱਕ ਕੈਂਪਰ ਇੱਕ ਹੈ ਕਾਰ ਜੀ ਤੇ ਸਾਨੂੰ ਜਿਹੜਾ ਸਪான்ਸਰ ਕੀਤਾ ਉਥੋਂ ਇੱਕ ਮੁਸਲਮਾਨ ਭਾਈ ਆ ਲਾਹੌਰ ਦਾ ਟ੍ਰਾਂਟੋ ਦੇ ਵਿੱਚ ਅਮੀਰ ਖਾਨ ਉਸ ਦਾ ਨਾਮ ਆ ਜੋਬਨ ਜੀਟੀਓ ਦਾ ਆਫਿਸ ਚੱਲ ਰਿਹਾ ਤੇ ਉਹਨਾਂ ਨੇ ਸਾਨੂੰ ਕੈਂਪਰ ਤੇ ਜ਼ੀਰੋ ਮਾਈਲੇਜ ਦੇ ਉੱਤੇ ਕਾਰ ਲੈ ਕੇ ਦਿੱਤੀ ਉਹਨਾਂ ਨੇ ਦੇਖਿਆ ਕਿ ਨੰਗੇ ਪੈਰੀ ਪੰਜ ਪਿਆਰੇ ਤੁਰਦੇ ਨੇ ਉਹ ਦੂਸਰੇ ਸਾਲ ਆ ਕੇ ਕਹਿਣ ਲੱਗਾ ਇਹ ਕੀ ਆ ਕਹਿਣ ਲੱਗੇ ਸਾਡਾ ਕਹਿੰਦੇ ਨਹੀਂ ਦਰਸ਼ਨੀ ਡੇਢ ਤੋਂ ਲੈ ਕੇ ਅਖੀਰਲੇ ਗੁਰਦੁਆਰੇ ਤੱਕ ਮਾਲਦੀ ਦਾ ਕੋਸ ਨੇ ਕਾਰਪੇਟ ਵਿਛਾਉਣਾ ਸ਼ੁਰੂ ਕਰ ਦਿੱਤਾ ਕਹਿੰਦਾ ਹਰ ਸਾਲ ਦੀ ਮੇਰੀ ਸੇਵਾ ਇਹ ਆ ਸੋ ਅੱਬੈ ਲਲਾ ਨੂਰ ਉਪਾਇ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਾਗ ਉਪਜਾ ਕੋਣ ਭਲੇ ਕੋ ਬੰਦੇ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਮੈਂ ਸ਼ੁਕਰਗੁਜ਼ਾਰ ਕਰਦਾ ਕਿ ਮੇਰਾ ਅੱਜ ਪੀਟਰ ਸਾਹਿਬ ਹੁਣਾਂ ਦੇ ਨਾਲ ਮੈਂ ਅੱਜ ਖੜਾ ਤੇ ਮੈਂ ਬੜੀਆਂ ਸਿਫਤਾਂ ਸੁਣਦੇ ਹੁੰਦੇ ਸੀ ਮੇਰਾ ਇੱਕ ਖੁਆਬ ਸੀ ਰਵੀ ਸਿੰਘ ਦੇ ਨਾਲ ਤੇ ਕਾਫੀ ਦਿਨ ਮਿਲ ਚੁੱਕੇ ਹਾਂ ਸੀ ਤੁਹਾਡੇ ਨਾਲ ਮਿਲਣ ਵਾਸਤੇ ਮੈਂ ਬੜਾ ਉਤਾਵਲਾ ਸੀ ਥੈਂਕ ਯੂ ਵੈਰੀ ਮਚ ਤੇ ਮੈਂ ਰਿਕੁਐਸਟ ਕਰਾਂਗਾ ਚੰਨੀ ਸਾਹਿਬ ਹਣਾ ਨੂੰ ਵੀ ਜਦੋਂ ਸਾਡਾ قافਲਾ ਉੱਥੇ ਆਵੇ ਪਲੀਜ਼ ਸਾਡੇ ਵੈਲਕਮ ਹੋਵੇ ਉੱਥੇ ਤੇ ਸਾਡਾ ਜਿਹੜਾ ਇੱਕ ਚੰਦੀਗੜ ਦੇ ਵਿੱਚ ਅਸੀਂ ਜ਼ਰੂਰ ਆਪਣਾ ਰੱਖਣਾ ਚਾਹੁੰਦੇ ਹਾਂ ਕਿ ਬਾੜ ਦੇ ਸੇਖਾ ਜਿਹੜੇ ਉਹ ਐਨੇ ਮਾੜੇ ਨਹੀਂ ਹੈਗੇ ਯੋਪੀਟਾ ਸਾਹਿਬ ਉਹਨਾਂ ਨੇ ਕਿਹਾ ਹਾਂਜੀ ਤੇ ਉਹਨੂੰ ਅਸੀਂ ਮੁੜ ਕੇ ਪੰਜਾਬ ਨੂੰ ਅਸੀਂ ਕਾਮਯਾਬ ਕਰਨਾ ਹਾਂਜੀ ਸਾਡੇ ਹਰ ਇੱਕ ਦੀ ਅੱਖ ਪੰਜਾਬ ਦੇ ਉੱਤੇ ਹੈ ਜੋ ਯੋਪੀਟਾ ਸਾਹਿਬ ਉਹਨਾਂ ਨੇ ਕਿਹਾ ਅਸੀਂ ਇਹਨਾਂ ਦੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ